ਕਿਤਾਬ ਝਟਕਾ ਪ੍ਰਕਾਸ਼ ਲੇਖਕ ਗਿਆਨੀ ਨਰੰჯਨ ਸਿੰਘ ਸਰਲ ਭਾਗ 10ਵਾਂ ਆਵਾਜ਼ ਭਾਈ ਗੁਰਜੰਟ ਸਿੰਘ ਰੂਪਵਾਲੀ ਮਾਸ ਅਤੇ ਮਲਾਰ ਦੀ ਵਾਰ ਦੇ ਸ਼ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਾਰ ਦੀ ਵਾਰ ਵਾਲੇ ਸ਼ਲੋਕ ਵੈਸ਼ਨੋ ਪੰਡਤਾਂ ਦੇ ਸਿਰ ਉੱਤੇ ਘਣ ਦੀ ਸੱਟ ਮਾਰਦੇ ਹਨ ਪਰ ਭਾਈ ਸਾਹਿਬ ਨੇ ਇਸ ਸ਼ਬਦ ਦੀ ਖਿੱਚਾ ਖੇਚੀ ਵਿੱਚ ਮਰ ਜਾਈ ਮੁਸਲਮਾਨਾਂ ਨੂੰ ਵੀ maat ਪਾ ਦਿੱਤਾ ਹੈ ਉਹ ਗੁਰੂ ਨਾਨਕ ਸਾਹਿਬ ਨੂੰ ਮੁਸਲਮਾਨ ਸਾਬਤ ਕਰਨ ਦਾ ਬਿਰਥਾ ਯਤਨ ਕਰਦੇ ਰਹਿੰਦੇ ਹਨ ਤੇ ਹਵਾਲੇ ਉਹਨਾਂ ਸ਼ਬਦਾਂ ਦੇ ਦਿੰਦੇ ਹਨ ਜਿਨ੍ਹਾਂ ਵਿੱਚ ਗੁਰੂ ਜੀ ਮੁਸਲਮਾਨਾਂ ਦੀ ਬਹਰੂਨੀ ਸ਼ਰ੍ਹਾ ਦੇ ਟਾਕਰੇ ਇੱਕ ਅੰਦਰੂਨੀ ਰਹਿਣੀ ਬਹਿਣੀ ਪੇਸ਼ ਕਰਦੇ ਹਨ ਆਰਾਧਾ ਸੁਆਮੀ ਫਿਰਕੇ ਵਾਲੇ ਵੀ ਇਸੇ ਰਸਤੇ ਪਰ ਚੱਲ ਰਹੇ ਹਨ ਜੋਗੀਆਂ ਦੇ ਜਿਸ ਝੂਠੇ ਅਨਾਹਦ ਸ਼ਬਦ ਦੀ ਵਜਾਏ ਨਾਮ ਰਸ ਦਾ ਸੱਚਾ ਅਨਾਹਦ ਸ਼ਬਦ ਗੁਰਬਾਣੀ ਵਿੱਚ ਦੱਸਿਆ ਹੈ ਉਸ ਦੀ ਤਾਇੀਦ ਵਿੱਚ ਗੁਰਬਾਣੀ ਦੇ ਛੇਤ ਤਮਕ ਪ੍ਰਮਾਣ ਪੇਸ਼ ਕਰਦੇ ਹਨ ਇਸੇ ਤਰ੍ਹਾਂ ਦੀ ਗਲਤ ਬਿਆਨੀ ਭਾਈ ਰਣਜੀਤ ਸਿੰਘ ਨੇ ਇੱਥੇ ਵਰਤੀ ਹੈ ਇਸ ਲਈ ਉਸ ਦਾ ਖੰਡਨ ਕਰਨਾ ਜ਼ਰੂਰੀ ਹੈ ਪਹਿਲੇ ਇਸ ਸ਼ਬਦ ਦੀ ਉਥਾਨਕਾ ਵਾਲੀ ਸਾਖੀ ਪਰ ਸਰਸਰੀ ਨਜ਼ਰ ਮਾਰੋ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਵਾਰ ਸੂਰਜ ਗ੍ਰਹਿਣ ਦੇ ਸਮੇਂ ਕੁਰ ਖੇਤਰ ਪਹੁੰਚੇ ਇੱਕ ਰਾਜਕੁਮਾਰ ਕਿਸੇ ਰਾਜੇ ਪਾਸੋਂ ਹਾਲ ਖਾ ਕੇ ਰਾਜ ਭਾਗ ਖਵਾ ਕੇ ਕੁਰ ਖੇਤਰ ਪਹੁੰਚਾ ਉਸ ਨੇ ਇੱਕ ਹਰਨ ਜੋ ਕਿ ਉਸ ਨੇ ਸ਼ਿਕਾਰ ਕਰਕੇ ਲਿਆਂਦਾ ਸੀ ਗੁਰੂ ਜੀ ਦੀ ਭੇਟਾ ਕੀਤਾ ਤੇ ਆਪਣਾ ਰਾਜ ਭਾਗ ਦੁਬਾਰਾ ਪ੍ਰਾਪਤ ਕਰਨ ਲਈ ਬੇਨਤੀ ਕੀਤੀ ਗੁਰੂ ਜੀ ਨੇ ਬਚਨ ਕੀਤਾ ਕਿ ਜੇ ਤੂੰ ਆਪਣਾ ਰਾਜ ਭਾਗ ਦੁਬਾਰਾ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਬ੍ਰਹਮ ਭੋਜ ਕਰ ਰਾਜਕੁਮਾਰ ਕਹਿਣ ਲੱਗਾ ਕਿ ਮਹਾਰਾਜ ਮੇਰੇ ਪਾਸ ਤਾਂ ਇਤਨਾ ਧਨ ਹੀ ਨਹੀਂ ਜਿਸ ਨਾਲ ਮੈਂ ਬ੍ਰਹਮ ਭੋਜ ਕਰ ਸਕਾਂ ਗੁਰੂ ਜੀ ਨੇ ਬਚਨ ਕੀਤਾ ਕਿ ਜੇ ਤੇਰੇ ਕੋਲ ਧਨ ਨਹੀਂ ਤਾਂ ਤੂੰ ਇਸ ਹਰਨ ਦੇ మాਸ ਨੂੰ ਟੁਕੜੇ ਟੁਕੜੇ ਕਰਕੇ ਰਿਜਣਾ ਧਰ ਦੇ ਇਸ ਤਰ੍ਹਾਂ ਤੈਨੂੰ ਬ੍ਰਹਮ ਭੋਜ ਦੇ ਬਰਾਬਰ ਫਲ ਮਿਲ ਜਾਏਗਾ ਇੱਥੇ ਇੱਕ ਨਿੱਕੀ ਜੀ ਵਿਚਾਰ ਹੋਰ ਵੀ ਕਰ ਲੈਣੀ ਚਾਹੀਦੀ ਹੈ ਉਹ ਇਹ ਕਿ ਜਿਸ ਰਾਜਕੁਮਾਰ ਨੇ ਹਰਨ ਮਾਰ ਕੇ ਲਿਆਂਦਾ ਤੇ ਗੁਰੂ ਜੀ ਦੀ ਭੇਟਾ ਕੀਤਾ ਉਹ ਜ਼ਰੂਰ ਗੁਰੂ ਦਾ ਸੇਖ ਹੋਣਾ ਤੇ ਗੁਰੂ ਜੀ ਦੇ మాਸ ਸੰਬੰਧੀ ਖਿਆਲ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਹੋਵੇਗਾ ਨਹੀਂ ਤਾਂ ਉਸਨੇ ਇਸ ਤਰ੍ਹਾਂ ਕਿਉਂ ਕਰਨਾ ਸੀ ਪਾਂਡੇ ਤਾਂ మాਸ ਖਾਂਦੇ ਹੀ ਨਹੀਂ ਸੰ ਜੋਗੀ ਜੰਗਮ ਸੰਨਿਆਸੀ ਤੇ ਵੈਰਾਗੀ ਵੀ ਇਹੋ ਮਾਤਰਾ ਰੱਖਦੇ ਸਨ ਵੈਸ਼ ਨੂੰ ਬ੍ਰਾਹਮਣਾ ਦੇ ਅੱਗੇ ਉਹ ਮਾਸ ਦੀ ਭੇਟਾ ਕਿਵੇਂ ਪੇਸ਼ ਕਰ ਸਕਦਾ ਸੀ ਇਸ ਲਈ ਉਸ ਰਾਜਕੁਮਾਰ ਨੇ ਉਸ ਹਰਨ ਦੇ ਮਾਸ ਨੂੰ ਵੱਡ ਟੋਕ ਕੇ ਦੀਗ ਵਿੱਚ ਪਾ ਕੇ ਚੁੱਲ੍ਹੇ ਉੱਤੇ ਚਾੜ੍ਹ ਕੇ ਹੇਠਾਂ ਅੱਗ ਬਾਲ ਦਿੱਤੀ ਇੱਕ ਬ੍ਰਾਹਮਣ ਨੇ ਚੁੱਲ੍ਹੇ ਉੱਤੇ ਮਾਸ ਰਿਜਦਾ ਵੇਖ ਕੇ ਵੱਡੇ ਪੰਡਤਾਂ ਨੂੰ ਜਾ ਖਬਰ ਦਿੱਤੀ। ਇਹ ਸੁਣਦੇ ਸਾਰ ਉਹ ਡਾਂਗਾ ਸੋਟਿਆਂ ਨਾਲ ਗੁਰੂ ਜੀ ਦੇ ਆਣ ਉਦਾਲੇ ਹੋਏ ਤੇ ਕਹਿਣ ਲੱਗੇ ਕਿ ਸੱਚ ਦੱਸ ਇਸ ਮਟਕੇ ਵਿੱਚ ਕੀ ਤਰਿਆ ਹੈ। ਗੁਰੂ ਜੀ ਵੱਲੋਂ ਉੱਤਰ ਦਿੱਤਾ ਦੋਹਰਾ ਸੁਣ ਕਰ ਤਿਸ ਤੇ ਸ੍ਰੀ ਗੁਰੂ ਬਚਨ ਕਹੇ ਆਤ ਰੀਤ ਸ਼ੁਦਾ ਲੱਗੀ ਮੋਕੋ ਬੜੀ ਹਿਤ ਆਹਾਰ ਕਸ਼ ਕੀਤ। ਅਗੋਂ ਪੰਡਤ ਬੋਲਦਾ ਹੈ ਚੌਪਈ ਦਿਜ ਤਬ ਬੋਲਿਓ ਬਚਨ ਕਠੋਰਾ ਕਿਆ ਰੀਦਿਓ ਤੁਮ ਤਰਾਸ ਨ ਥੋਰਾ ਬਿਨਾ ਬਿਲਮ ਸੋ ਦੇਹੋ ਦਿਖਾਈ ਨਾਤਰ ਤੁਜ ਮਾਰੂ ਏ ਥਾਈ ਤਬ ਜਿਨ ਦੇਖਿਓ ਸੋ ਦਿਜ ਕਹਿ ਹੀ ਇਸ ਮਟਕੇ ਮੇ ਆਮਕ ਅਹੀ ਹਮਰੇ ਦੇਖਤ ਇਨੇ ਸਵਾਰਾ ਪਾਏ ਵਿਚ ਪਾਵ ਕੋ ਬਾਰਾ ਮਾਰੋ ਇਸੇ ਨਾ ਲਾਵੋ 베ਰਾ ਆਜ ਕੁਕਾਜ ਕੋ ਕਰੇ ਨਾ ਫੇਰਾ ਧਰਮ ਰੀਤ ਇਨ ਦਈ ਬਿਗਾਰੀ ਅਗ ਨਾ ਹੋਤ ਐਸਨ ਕੋ ਮਾਰੀ ਇਸ ਤਰ੍ਹਾਂ ਜਦ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਤਾਂ ਗੁਰੂ ਜੀ ਨੇ ਬੜੀ ਧੀਰਜ ਨਾਲ ਇਸ ਦਾ ਉੱਤਰ ਦਿੰਦੇ ਹੋਏ ਆਖਿਆ ਦੋਹਰਾ ਗੁਰੂ ਕਹੇ ਬਲ ਕਰੋ ਜੇ ਹਤਨ ਵਿਖੇ ਹਿੱਤ ਤੋਹੇ ਜਿਉ ਮਨ ਹੈ ਤਿਉ ਕਰੋ ਅਬ ਵਰਜਤ ਇਹੀ ਨਾ ਕੋਏ ਚੌਪਈ ਪਰ ਜੇ ਤੁਮ ਹਮ ਕੋ ਚਰਚਾ ਕਰਨੀ ਧਰਮ ਅਧਰਮ ਰੀਤ ਜਿਉ ਵਰਨੀ ਸੋ ਪੰਡਤ ਸਭ ਮਿਲ ਸੰਨਿਆਸੀ ਆਣ ਕਰੋ ਚਰਚਾ ਹਮ ਪਾਸੀ ਗੁਰੂ ਜੀ ਦੇ ਇਹ ਧੀਰਜ ਵਾਲੇ ਬਚਨ ਜਦ ਉਹਨਾਂ ਨੇ ਸੁਣੇ ਤਾਂ ਚਰਚਾ ਲਈ ਤਿਆਰ ਹੋ ਗਏ ਤੇ ਪਹਿਲਾ ਸਵਾਲ ਹੀ ਇਹ ਕੀਤਾ ਕਿ ਤੁਸੀਂ ਇੱਥੇ ਮਾਸ ਦੀ ਦੇਗ ਕਿਉਂ ਧਰੀ ਹੈ ਗੁਰੂ ਜੀ ਉੱਤਰ ਦਿੰਦੇ ਹਨ ਕਿ ਅਸੀਂ ਛਤਰੀ ਹਾਂ ਤੇ ਮਾਸ ਖਾਣਾ ਛਤਰੀਆਂ ਦਾ ਧਰਮ ਹੈ ਪੰਡਤ ਜੇ ਤੁਸੀਂ ਛਤਰੀ ਹੋ ਤਾਂ ਇਸ ਵੇਲੇ ਤੁਹਾਡੇ ਕੋਲ ਛਤਰੀਆਂ ਵਾਲੇ ਸ਼ਸਤਰ ਕਿਉਂ ਨਹੀਂ ਗੁਰੂ ਜੀ ਉੱਤਰ ਦਿੰਦੇ ਚਉਪਾਈ ਤੀਸ਼ਨ ਤੇਗ ਨਾਮ ਕਰਤਾਰਾ ਸਤ ਸੰਗਤਹਿ ਧਨਖ ਸੁਪਾਰਾ ਸਾਮ ਦਮ ਆਦਿਕ ਬਾਣ ਵਿਸਾਲਾ ਮਨ ਰੂਪੀ ਮਿਰਗ ਖੇਤ ਤਤਕਾਲ ਪੰਡਤ ਬੋਲਿਆ ਸੁਣ ਪੰਡਤ ਪੁਨ ਬਚਨ ਉਚਾਰਾ ਤੁਮ ਤੋਂ ਪ੍ਰਗਟ ਮਿਰਗ ਕੁਮਾਰਾ ਰੀਦਤ ਹੋ ਅਬਦੇਗ ਚੜਾਏ ਹਮਕੋ ਔਰੇ ਭਾਂਤ ਬਤਾਏ ਗੁਰੂ ਜੀ ਚੌਹਾਂ ਵੇਦਾਂ ਵਿੱਚ ਇਸ ਤਰ੍ਹਾਂ ਲਿਖਿਆ ਹੈ ਅਖੀਰ ਮਿਰਤ ਛਤਰਨ ਨੇ ਕਰਨੀ ਕਥਾ ਜੁਗਨ ਚਾਰੂ ਮੈਂ ਵਰਨੀ ਉਪਰੰਤ ਮਹਾਰਾਜ ਮਲਾਰ ਦੀ ਵਾਰ ਦੇ ਸ਼ਲੋਕ ਉਚਾਰਨ ਕਰਕੇ ਇਸ ਸਿਧਾਂਤ ਨੂੰ ਚੰਗੀ ਤਰ੍ਹਾਂ ਸਪਸ਼ਟ ਕਰਦੇ ਹਨ ਕਿ ਪੰਡਿਤ ਜੀ ਮਹਾਰਾਜ ਸਾਰੀ ਦੁਨੀਆ ਮਾਸ ਹੀ ਖਾਰੀ ਹੈ ਤੇ ਤੁਸੀਂ ਆਪ ਵੀ ਖਾ ਰਹੇ ਹੋ ਜਿਸ ਇਸ ਤਰ੍ਹਾਂ ਜਿਹੜਾ ਜਿਹੜਾ ਮਾਸ ਖਾਧਾ ਜਾਂਦਾ ਹੈ ਤੇ ਖਾਣਾ ਯੋਗ ਹੈ ਸਬ ਦਾ ਜ਼ਿਕਰ ਕਰ ਦਿੱਤਾ ਹੈ ਕਈ ਲੋਕ ਤਾਂ ਅਪਵਿੱਤਰ ਸਮਝ ਕੇ మాਸ ਨੂੰ ਮੂੰਹ ਨਹੀਂ ਲਾਉਂਦੇ ਤੇ ਕਈ ਜੀਵ ਹਤਿਆ ਦੇ ਖਿਆਲ ਤੋਂ ਨਫ਼ਰਤ ਕਰਦੇ ਹਨ ਜੋ ਚੀਜ਼ ਅਪਵਿੱਤਰ ਸਮਝੀ ਜਾਂਦੀ ਹੈ ਉਸ ਨੂੰ ਮੂੰਹ ਲਾਉਣਾ ਹੀ ਭ੍ਰਿਸ਼ਟ ਹੋਣਾ ਸਮਝਿਆ ਜਾਂਦਾ ਹੈ ਵੇਸ਼ਟਾ ਅਪਵਿੱਤਰ ਹੈ ਉਸ ਨੂੰ ਕੋਈ ਮੂੰਹ ਨਹੀਂ ਲਾਉਂਦਾ ਮੁਸਲਮਾਨ ਸੂਰ ਅਤੇ ਹਿੰਦੂ ਗਊ ਮਾਸ ਨੂੰ ਅਪਵਿੱਤਰ ਅਰ ਧਰਮ ਵਿਰੋਧ ਸਮਝਦੇ ਹਨ ਮੂੰਹ ਤਾਂ ਕਿਤੇ ਰਿਆ ਉਹ ਇਹਨਾਂ ਨੂੰ ਹੱਥ ਲਾਉਣਾ ਵੀ ਅਪ ਪਵਿੱਤਰਤਾ ਦਾ ਕਾਰਨ ਸਮਝਦੇ ਹਨ ਇਹੋ ਖਿਆਲ ਸਿੱਖਾਂ ਦਾ ਤਮਾਕੂ ਦੇ ਸਬੰਧ ਵਿੱਚ ਜਿੱਥੋਂ ਤੱਕ ਮਾਸ ਨੂੰ ਮੂੰਹ ਲਾਉਣ ਦਾ ਸਬੰਧ ਹੈ ਇਸ ਤਰੀ ਸੰਗਤ ਵੇਲੇ ਉਹਨਾਂ ਦਾ ਚੁੰਮਣਾ ਚਟਣਾ ਇਸ ਗੱਲ ਨੂੰ ਸਾਫ਼ ਕਰ ਦਿੰਦਾ ਹੈ ਜਿੱਥੋਂ ਤੱਕ ਜੀਵ ਹਤਿਆ ਦਾ ਸਵਾਲ ਹੈ ਪਹਿਲਾ ਪਾਣੀ ਜਿਉ ਹੈ ਜੇਤ ਹਰਿਆ ਸਭ ਕੋਏ ਤੇ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨ ਕੋਏ ਕਹਿ ਕੇ ਬੁਰੇ ਦੇ ਘਰ ਤੱਕ ਪਹੁੰਚ ਗਏ ਹਨ ਮਾਸ ਦੇ ਸਬੰਧ ਵਿੱਚ ਸਾਰੀਆਂ ਤੁਕਾਂ ਮੁਕਾ ਕੇ ਇਹ ਸਿਧਾਂਤ ਚੰਗੀ ਤਰ੍ਹਾਂ ਨਿਰਨੇ ਕਰ ਦਿੰਦਾ ਹੈ ਕਿ ਜਦ ਤੱਕ ਆਦਮੀ ਪਾਣੀ ਵੀ ਪੀਂਦਾ ਹੈ, మాਸ ਹੀ ਖਾਂਦਾ ਹੈ ਤੇ ਪਾਣੀ ਤੋਂ ਪੈਦਾ ਹੋਣ ਵਾਲੀ ਹਰ ਇੱਕ ਜਿੰਸ ਅੰਨ, ਕਮਾਦ, ਕਪਾਹ ਦੀ ਵਰਤੋਂ ਵੀ మాਸ ਖਾਣ ਦੇ ਬਰਾਬਰ ਹੈ। ਇਸ ਲਈ ਪਾਣੀ ਤੋਂ ਪੈਦਾ ਹੋਣ ਵਾਲੇ ਸਾਰੇ ਰਸ ਵੀ మాਸ ਹੀ ਹਨ। ਜਦ ਤੱਕ ਇਨ੍ਹਾਂ ਰਸਾਂ ਦਾ ਤਿਆਗ ਨਹੀਂ ਹੋ ਸਕਦਾ, ਉਤਨਾ ਚਿਰ ਆਪਣੇ ਆਪ ਨੂੰ ਸੰਨਿਆਸੀ ਸਾਖਤ ਨਹੀਂ ਕੀਤਾ ਜਾ ਸਕਦਾ। ਮਲਾਰ ਦੀ ਵਾਰ ਦੇ ਸ਼ਲੋਕ ਇਸ ਸਿਧਾਂਤ ਨੂੰ ਚੰਗੀ ਤਰ੍ਹਾਂ ਖੋਲ ਕੇ ਰੱਖ ਦਿੰਦੇ ਹਨ ਪਰ ਭਾਈ ਰਣਧੀਰ ਸਿੰਘ ਨੇ ਕਈ ਤਰ੍ਹਾਂ ਦੀਆਂ ਖੇਠ ਲੀਆਂ ਉਤਲੀਆਂ ਮਾਰ ਕੇ ਦਿਨ ਨੂੰ ਰਾਤ ਬਣਾਉਣ ਦਾ ਯਤਨ ਕੀਤਾ ਹੈ ਗਾਲਾਂ ਰੂਪੀ ਮਿੱਠ ਬੋਲਿਆਂ ਨਾਲ ਪਵਿੱਤਰ ਹੋਈ ਕਲਮ ਨਾਲ ਇਸ ਤਰ੍ਹਾਂ ਲਿਖਦੇ ਹਨ ਇਸ ਗੁਰ ਪ੍ਰਮਾਣ ਅੰਦਰ ਅਹਿੰਸਾ ਨੂੰ ਪਰਮ ਧਰਮ ਮੰਨਣ ਵਾਲਿਆਂ ਨੂੰ ਅਤੇ ਨਿਰਾਮਾਸ ਮਾਸ ਕਰ ਝਗੜਾ ਕਰਨ ਵਾਲਿਆਂ ਦਾ ਖੰਡਨਮਈ ਸੋਧਨ ਪਰਬੋਧਨ ਹੈ ਨਿਰਾਮਾਸ ਤੋਂ ਨਫ਼ਰਤ ਕਰਨ ਹਾਰਿਆਂ ਜਾਂ ਨਿਰਾਮਾਸ ਨੂੰ ਰਿੱਜਦਾ ਕ੍ਰਿੱਜਦਾ ਵੇਖ ਕੇ ਹੀ ਘਿਰਨਾ ਕਰਨ ਵਾਲਿਆਂ ਨੂੰ ਵੀ ਉਪਦੇਸ਼ ਹੈ ਨੋਟ ਜੇਕਰ ਗੁਰੂ ਜੀ ਦਾ ਇਹੋ ਭਾਵ ਸੀ ਤਾਂ ਭਾਈ ਸਾਹਿਬ ਦੇ ਦਿਲ ਵਿੱਚ ਮਾਸ ਦੇ ਵਿਰੁੱਧ ਨਫ਼ਰਤ ਨਿਕਲ ਜਾਣੀ ਚਾਹੀਦੀ ਸੀ ਆਪ ਤਾਂ ਇਸ ਨੂੰ ਮਹਾਪ੍ਰਿਸ਼ਟ ਅਪਵਿੱਤਰ ਤੇ ਮਲੇਸ਼ਾਂ ਦਾ ਖਾਣਾ ਦੱਸ ਕੇ ਮਾਸ ਖਾਣ ਵਾਲਿਆਂ ਦੇ ਵਿਰੁੱਧ ਕਿਤਾਬਾਂ ਲਿਖ ਕੇ ਸਦਾ ਲਈ ਨਫ਼ਰਤ ਦੇ ਬੀਜ ਬੋਗੇ ਹੋਏ ਭਾਵੇਂ ਭਾਈ ਰਣਜੀਤ ਸਿੰਘ ਨੇ ਆਪਣੇ ਵੱਲੋਂ ਬੜੀ ਚਤ్రਾਈ ਤੋਂ ਕੰਮ ਲਿਆ ਹੈ ਪਰ ਕੂੜ ਨਾ ਪਹੁੰਚੇ ਸੱਚ ਨੂੰ ਘਾੜਤ ਘੜੀਏ ਵਾਲਾ ਪਰਮਾਨ ਇਥੇ ਠੀਕ ਟੁਕਦਾ ਆਪ ਨੇ ਨਿਰਾ ਸ਼ਬਦ ਦਾ ਬੜਾ ਆਸਰਾ ਲਿਆ ਹੈ ਪਰ ਵਰਤਿਆ ਪੁੱਠਾ ਹੀ ਲੋ ਮੈਂ ਇਸ ਦਾ ਸਿੱਧਾ ਅਰਥ ਪਾਠਕਾਂ ਨੂੰ ਸਮਝਾਉਂਦਾ ਗੁਰੂ ਜੀ ਪੰਡਤਾਂ ਨੂੰ ਇਹ ਕਹਿ ਰਹੇ ਹਨ ਕਿ हे ਪੰਡਤ ਜੀ ਤੁਸੀਂ ਨਿਰਾਹਰਨ ਬੱਕਰੇ ਤੇ ਕੂਕੜੀ ਦੇ ਮਾਸ ਨੂੰ ਤਾਂ ਅਪਵਿੱਤਰ ਅਰ ਪਾਪ ਸਮਝ ਕੇ ਘਿਰਨਾ ਕਰਦੇ ਹੋ ਪਰ ਹੋਰ ਵੀ ਪ੍ਰਕਾਰ ਦਾ ਮਾਸ ਖਾਈ ਜਾਂਦੇ ਹੋ ਜੇ ਤੁਸੀਂ ਪੂਰੇ ਤੌਰ ਤੇ ਮਾਸ ਦੇ ਤਿਆਗੀ ਬਣਨਾ ਚਾਹੁੰਦੇ ਹੋ ਤਾਂ ਨਿਰਾਹਰਨ ਦਾ ਮਾਸ ਤਿਆਗਿਆਂ ਗੁਜ਼ਾਰਾ ਨਹੀਂ ਜੇ ਹੋਣਾ ਸਗੋਂ ਇਹ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਵਰਣਨ ਇਸ ਬਾਣੀ ਵਿੱਚ ਕੀਤਾ ਗਿਆ ਹੈ ਸਮੇਤ ਜਲ ਭਗਵਾਨ ਦੇ ਛੱਡਣੀਆਂ ਪੈਣਗੀਆਂ ਨਹੀਂ ਤਾਂ ਤੁਹਾਡਾ ਸੰਨਿਆਸ ਨਿਰਾਪਖੰਡ ਹੈ ਸੱਚਮੁੱਚ ਗੁਰੂ ਜੀ ਨੇ ਇੱਥੇ ਅਹਿੰਸਾ ਨੂੰ ਪਰਮੋ ਧਰਮਾ ਕਹਿਣ ਵਾਲਿਆਂ ਜੋ ਮਾਸ ਖਾਣਾ ਪਾਪ ਸਮਝ ਕੇ ਝਗੜਾ ਕਰਨ ਆਏ ਸਨ ਦਾ ਹੀ ਰਗੜਾ ਵੱਧਾ ਹੈ ਜੇ ਇੱਥੇ ਦੋਹਾਂ ਤੇ ਰਾਂਦਾ ਸੋਧਨ ਪਰਬੋਧਨ ਹੁੰਦਾ ਤਾਂ ਇਸ ਤਰ੍ਹਾਂ ਮਾਸ ਨਾ ਖਾਣ ਵਾਲਿਆਂ ਨੂੰ ਬਾਰ ਬਾਰ ਕਿਹਾ ਗਿਆ ਹੈ ਕਿ ਫਲਾਣੀ ਚੀਜ਼ ਵੀ ਮਾਸ ਢਮਕੀ ਵੀ ਮਾਸ ਆ ਵੀ ਮਾਸ ਤੇ ਉਹ ਵੀ ਮਾਸ ਜੇ ਤੁਸੀਂ ਕਈ ਪ੍ਰਕਾਰ ਦਾ ਮਾਸ ਖਾਈ ਜਾਂਦੇ ਹੋ ਜਿੰਨਾ ਵਿੱਚ ਤੇ ਇਸ ਹਰਨ ਦੇ ਮਾਸ ਵਿੱਚ ਕੋਈ ਫਰਕ ਨਹੀਂ ਤਾਂ ਤੁਸੀਂ ਮਾਸ ਦੇ ਤਿਆਗੀ ਕਿਵੇਂ ਸਾਬਤ ਹੋਏ ਜੇ ਇੱਥੇ ਮਾਸ ਖਾਣ ਵਾਲਿਆਂ ਦਾ ਵੀ ਸੋਧਨ ਪ੍ਰਬੋਧਨ ਹੁੰਦਾ ਤਾਂ ਉਹ ਉਹਨਾਂ ਨੂੰ ਇਉਂ ਆਖਦੇ ਕਿ ਭਾਈ ਜੀ ਜੇ ਤੁਸੀਂ ਮਾਸ ਖਾਣ ਦਾ ਦਾਵਾ ਕਰਦੇ ਹੋ ਤਾਂ ਸੱਪ ਵੀ ਮਾਸ ਅਠੂਆ ਵੀ ਮਾਸ ਕੰਨ ਖਜੂਰਾ ਵੀ ਮਾਸ ਕੋੜ ਕਿਰਲੀ ਤੇ ਮੱਖੀਆਂ ਵੀ ਮਾਸ ਫਿਰ ਤੁਸੀਂ ਇਹਨਾਂ ਨੂੰ ਵੀ ਕਿਉਂ ਨਹੀਂ ਖਾਂਦੇ ਦੂਜਾ ਪੱਖ ਇਹ ਲਿਆ ਜਾ ਸਕਦਾ ਸੀ ਕਿ ਜੇ ਤੁਸੀਂ ਆਪਣੇ ਆਪ ਨੂੰ ਮਾਸ ਆਹਾਰੀ ਸਾਫਤ ਕਰਨਾ ਚਾਹੁੰਦੇ ਤਾਂ ਫਿਰ ਸਰਸੋਂ ਮਾਸ ਨਹੀਂ ਬਤਾਉ ਮਾਸ ਨਹੀਂ ਕੱਦੂ ਕਰੇਲੇ ਭਿੰਡੀ ਤੋਰੀ ਮਾਸ ਨਹੀਂ ਫਿਰ ਇਹਨਾਂ ਨੂੰ ਕਿਉਂ ਖਾਂਦੇ ਹੋ ਸੋ ਐਸੀ ਦਲੀਲ ਤਾਂ ਇੱਥੇ ਦਿੱਤੀ ਹੀ ਕੋਈ ਨਹੀਂ ਗਈ ਇੱਥੇ ਤਾਂ ਇੱਕ ਮੁਹੀ ਤਲਵਾਰ ਉਹਨਾਂ ਡਾਂਗ ਬਹਾਦਰਾਂ ਦੇ ਬਰ ਖਿਲਾਫ ਚੱਲ ਰਹੀ ਹੈ ਜਿਹੜੇ ਕੇ ਮਾਰੋ-ਮਾਰ ਕਰਦੇ ਗੁਰੂ ਜੀ ਦੇ ਆਣ-ਉਦਾਲੇ ਹੋਏ ਹਨ ਇੱਥੇ ਸਭ ਦ੍ਰਿਸ਼ਟਾਂਤ ਮਾਸ ਨਾਲ ਤੁਲਨਾ ਕਰਕੇ ਵਰਤੇ ਗਏ ਹਨ ਪੰਡੇ ਇਹਨਾਂ ਜੁਗਤੀਆਂ ਦਾ ਖੰਡਨ ਨਹੀਂ ਕਰ ਸਕਦੇ ਨਹੀਂ ਤਾਂ ਉਹਨਾਂ ਨੇ ਉਹ ਆਖਣਾ ਚਾਹੀਦਾ ਸੀ ਕਿ ਮਹਾਰਾਜ ਜਿਨ੍ਹਾਂ ਚੀਜ਼ਾਂ ਦੀ ਆਪ ਮਾਸ ਨਾਲ ਤੁਲਨਾ ਕਰਦੇ ਹੋ ਉਹ ਤਾਂ ਮਾਸ ਹੀ ਨਹੀਂ ਹਨ ਪੰਡਤਾਂ ਨੂੰ ਤਾਂ ਇਹ ਝੂਠਾ ਪੱਖ ਲੈਣ ਦੀ ਹਿੰਮਤ ਨਹੀਂ ਪਈ ਪਰ ਭਾਈ ਰਣਧੀਰ ਸਿੰਘ ਉਹਨਾਂ ਦੇ ਜੈਨ ਪੰਥੀ ਸਿਧਾਂਤਾਂ ਬੁਝਕਾ ਚੁੱਕ ਕੇ ਗੁਰੂ ਜੀ ਦੇ ਸਾਹਮਣੇ ਆ ਗਏ ਹਨ ਭਾਈ ਰਣਧੀਰ ਸਿੰਘ ਹੋਰਾਂ ਨੂੰ ਇਸ ਗੱਲ ਦੀ ਸਮਝ ਨਹੀਂ ਪਈ ਕਿ ਉਹ ਆਪਣੇ ਆਪ ਹੀ ਗੁਰੂ ਜੀ ਦੀ ਇਸ ਫਿਲਾਸਫੀ ਨੂੰ ਗਲਤ ਸਾਬਤ ਕਰਨ ਲੱਗ ਪਏ ਹਨ ਤੇ ਜੇ ਜੋ ਡਾਂਗਾ ਚੁੱਕ ਕੇ ਗੁਰੂ ਜੀ ਨੂੰ ਮਾਸ ਰਿੰਣ ਤੋਂ ਰੋਕਣ ਆਏ ਸਨ ਉਹਨਾਂ ਦੀ ਹਮਾਇਤ ਵਿੱਚ ਦਲੀਲਾਂ ਦੇ ਰਹੇ ਹਨ ਤੇ ਗੁਰੂ ਜੀ ਦੇ ਆਪਣੇ ਫਰਮਾਨ ਤੋਂ ਹੀ ਉਹਨਾਂ ਨੂੰ ਜ਼ਬਾਨ ਸਾਡੇ ਝੂਠਿਆਂ ਸਾਫਤ ਕਰਨ ਲੱਗ ਪਏ ਹਨ ਅਫਸੋਸ ਫਿਰ ਇਹ ਬਚਨ ਕਰਦੇ ਹਨ ਜੋ ਲੋਕ ਮਾਸ ਤੋਂ ਨਫ਼ਰਤ ਕਰਦੇ ਹਨ ਉਹਨਾਂ ਨੂੰ ਵੀ ਉਪਦੇਸ਼ ਹੈ ਉਪਦੇਸ਼ ਹੈ ਤਦ ਹੀ ਕਹਿਣਾ ਬਣਦਾ ਹੈ ਜੇ ਪਹਿਲੇ ਮਾਸ ਖਾਣ ਵਾਲਿਆਂ ਨੂੰ ਚਾਰ ਸੁਣਾਈਆਂ ਹੋਣ ਤੇ ਫਿਰ ਨਾ ਖਾਣ ਵਾਲਿਆਂ ਦੀ ਵਾਰੀ ਆ ਗਈ ਹੋਵੇ ਸੋ ਇੱਥੇ ਤਾਂ ਮਾਸ ਖਾਣ ਵਾਲਿਆਂ ਨੂੰ ਉਪਦੇਸ਼ ਦੇਣ ਦਾ ਕੋਈ ਮਤਲਬ ਹੀ ਨਹੀਂ ਇਹ ਤਾਂ ਉਹੋ ਜਿਹੀ ਗੱਲ ਹੈ ਕਿ ਚੋਰੀ ਕੋਈ ਕਰੇ ਤੇ ਸਜ਼ਾ ਹੋਰ ਕਿਸੇ ਨੂੰ ਮਿਲੇ ਜੋ ਲੋਕ ਕਿਸੇ ਚੀਜ਼ ਤੋਂ ਨਫ਼ਰਤ ਕਰਦੇ ਹਨ ਉਸ ਨੂੰ ਅਪਵਿੱਤਰ ਭ੍ਰਿਸ਼ਟ ਧਰਮ ਵਿਰੋਧ ਤੇ ਪਾਪ ਸਮਝ ਕੇ ਹੀ ਕਰਦੇ ਹਨ ਜੇ ਕਿਸੇ ਮਾੜੀ ਚੀਜ਼ ਤੋਂ ਨਫ਼ਰਤ ਨਾ ਕੀਤੀ ਜਾਵੇ ਤਾਂ ਉਹ ਕਿਸੇ ਨਾ ਕਿਸੇ ਦਿਨ ਜ਼ਰੂਰ ਗਲ ਪੈ ਜਾਂਦੀ ਹੈ ਗੁਰੂ ਜੀ ਨੇ మాਸ ਵਿਰੋਧੀਆਂ ਨੂੰ ਇਸ ਤੋਂ ਨਫ਼ਰਤ ਨਾ ਕਰਨ ਲਈ ਇਤਨੇ ਜ਼ੋਰਦਾਰ ਸ਼ਬਦਾਂ ਵਿੱਚ ਆਖਿਆ ਹੈ ਤਾਂ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਉਹ మాਸ ਖਾਣਾ ਕੋਈ ਬੁਰਾ ਨਹੀਂ ਸਮਝਦੇ ਸਨ ਜੇਕਰ ਉਹ ਭਾਈ ਰਣਧੀਰ ਸਿੰਘ ਦੇ ਨਿਸ਼ਚੇ ਅਨੁਸਾਰ ਆਪ ਮਾਸ ਖਾਣ ਦੇ ਹਾਮੀ ਨਹੀਂ ਸਨ ਤਾਂ ਉਹਨਾਂ ਮਾਸ ਨਾ ਖਾਣ ਵਾਲੇ ਆਪਣੇ ਭਾਈਚਾਰੇ ਨਾਲ ਬੇਅਰਥ ਝਗੜਾ ਕਿਉਂ ਸ਼ੁਰੂ ਕਰ ਦਿੱਤਾ ਆਪਣੀ ਹੀ ਮਨਔਦ ਦਾ ਖੰਡਨ ਕਿਉਂ ਕਰਨ ਲੱਗ ਗਏ ਇਸ ਦੇ ਬਾਰੇ ਵਿੱਚ ਭਾਈਹੁੜਾਂ ਪਾਸ ਕੀ ਜਵਾਬ ਹੈ ਇਸ ਵੇਲੇ ਪੰਡਤਾਂ ਨੇ ਹੀ ਮਾਸ ਤੋਂ ਨਫ਼ਰਤ ਕੀਤੀ ਸੀ ਕਿਸੇ ਹੋਰ ਮਾਸ ਖਾਣੇ ਤੇ ਨਾ ਖਾਣ ਵਾਲੇ ਦਾ ਝਗੜਾ ਤਾਂ ਨਹੀਂ ਸੀ ਹੋ ਰਿਹਾ ਕਿ ਗੁਰੂ ਜੀ ਨੇ ਦੋਹਾਂ ਨੂੰ ਝੂਠਿਆਂ ਕੀਤਾ ਹੋਵੇ ਪੰਡਤਾਂ ਅਤੇ ਗੁਰੂ ਜੀ ਦਾ ਹੀ ਸੰਵਾਦ ਹੈ ਕਿਸੇ ਤੀਜੇ ਆਦਮੀ ਦਾ ਕੋਈ ਜ਼ਿਕਰ ਨਹੀਂ ਜੇ ਇੱਥੇ ਮਾਸ ਮਾਸ ਕਰ ਝਗੜਨ ਵਾਲੇ ਦੂਓ ਮੂਰਖ ਹਨ ਤਾਂ ਇਹ ਕਹਿੰਦਾ ਮੇਰੀ ਜ਼ੁਬਾਨ ਸੜ ਜਾਏ ਕਿ ਇੱਕ ਮੂਰਖ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਮੰਨਣਾ ਪਵੇਗਾ ਕਿ ਕੋਈ ਗੁਰੂ ਦਾ ਸਿੱਖ ਇਹ ਮੰਨਣ ਲਈ ਤਿਆਰ ਹੈ ਇੱਥੇ ਤਾਂ ਗੁਰੂ ਜੀ ਆਪਣੇ ਨਿਸ਼ਚੇ ਦੇ ਮੁਤਾਬਕ ਆਪਣੇ ਲਈ ਮਾਸ ਰਿੰਨੀ ਬੈਠੇ ਹਨ ਤੇ ਪੰਡੇ ਡਾਂਗਾ ਫੜ ਕੇ ਉਹਨਾਂ ਦਾ ਸਿਰ ਫਾੜਨ ਲਈ ਚੜ ਆਏ ਜਿਨ੍ਹਾਂ ਨੂੰ ਗੁਰੂ ਜੀ ਨੇ ਮੂਰਖ ਅਤੇ ਅੰਨੇ ਗੁਰੂਆਂ ਤੇ ਚੇਲੇ ਸਾਫਤ ਕਰਨ ਦੀ ਕਿਰਪਾਲਤਾ ਕੀਤੀ ਹੈ ਆਪ ਮਲਾਰ ਦੀ ਵਾਰ ਦੇ ਸ਼ਲੋਕਾਂ ਦਾ ਅਰਥ ਕਰਨ ਵਿੱਚ ਕੂੜ ਦੇ ਕੰਨ ਕੁੱਤਰ ਗਏ ਹਨ ਤੇ ਹੱਦ ਦਰਜੇ ਦੀ ਖਿੱਚ ਧੂ ਅਤੇ ਤਰੋੜ ਮਰੋੜ ਤੋਂ ਕੰਮ ਲੈਂਦੇ ਹਨ ਤੁਕਾਂ ਲਿਖੀ ਜਾਂਦੇ ਹਨ ਤੇ ਹਰ ਇੱਕ ਤੋਕ ਉਤੇ ਇੱਕ ਅਧ ਢੁੱਚਰ ਜਈ ਢਾ ਕੇ ਬਾਅਦ ਵਿੱਚ ਲਿਖੀ ਜਾਂਦੇ ਹਨ ਕਿ ਇਸ ਤੋਕ ਤੋਂ ਵੀ ਮਾਸ ਖਾਣਾ ਸਿੱਧ ਨਹੀਂ ਹੁੰਦਾ ਇਸ ਤੋਂ ਵੀ ਇਸ ਤੋਂ ਵੀ ਤੇ ਇਸ ਤੋਂ ਵੀ ਇਹ ਸਿੱਧ ਪੱਗਰੀ ਗੱਲ ਹੈ ਕਿ ਗੁਰੂ ਜੀ ਨੇ ਪ੍ਰਤੱਖ ਤੌਰ ਤੇ ਮਾਸ ਦੀ ਦੇਗ ਧਰੀ ਪੰਡੇ ਇਸ ਨੂੰ ਧਰਮ ਵਿਰੋਧ ਸਮਝ ਕੇ ਵਿਡਾਤਾਵਾਦ ਆਰੰਭ ਦਿੰਦੇ ਹਨ ਗੁਰੂ ਜੀ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਮਾਸ ਖਾਣਾ ਧਰਮ ਵਿਰੋਧ ਨਹੀਂ ਇਹ ਸਾਰੇ ਪਰਮਾਨ ਉਨੀ ਖਨਨ ਲਈ ਧਰਤੀ ਵਿੱਚ ਕਿਲਾ ਠੋਕਣ ਦੀ ਜੁਗਤੀ ਅਨੁਸਾਰ ਇਸ ਕਿੱਲੇ ਨੂੰ ਚੰਗੀ ਤਰ੍ਹਾਂ ਪੱਕਿਆਂ ਕਰਨ ਲਈ ਸੱਟੁੱਟੇ ਸੱਟ ਮਾਰੀ ਜਾਂਦੇ ਹਨ ਤੇ ਅਖੀਰ ਤੇ ਸਿੱਟਾ ਇਹ ਨਿਕਲਦਾ ਹੈ ਕਿ ਜੇ ਤੁਸੀਂ ਇਸ ਸ਼ਬਦ ਵਿੱਚ ਦੱਸਿਆ ਹੋਈਆਂ ਸਾਰੀਆਂ ਚੀਜ਼ਾਂ ਦਾ ਤਿਆਗ ਨਹੀਂ ਕਰ ਸਕਦੇ ਤਾਂ ਮਾਸ ਤਿਆਗੀ ਨਹੀਂ ਹੋ ਸਕਦੇ। ਪਾਂਡੇ ਇਸ ਦਲੀਲ ਦੀ ਕੁੜਕੀ ਵਿੱਚ ਚੰਗੀ ਤਰ੍ਹਾਂ ਫਸ ਜਾਂਦੇ ਹਨ। ਉਹ ਇਸ ਗੱਲ ਨੂੰ ਸਾਫ਼ਤ ਨਹੀਂ ਕਰ ਸਕੇ ਕਿ ਇਹਨਾਂ ਪੰਕਤੀਆਂ ਵਿੱਚ ਜਿਨ੍ਹਾਂ ਚੀਜ਼ਾਂ ਦੀ ਤੁਲਨਾ మాਸ ਨਾਲ ਕੀਤੀ ਗਈ ਹੈ ਉਹ మాਸ ਨਹੀਂ ਹਨ ਪਾण्डे ਤਾਂ ਚੰਗੀ ਤਰ੍ਹਾਂ ਨਿਸਲ ਹੋ ਗਏ ਹਨ ਪਰ ਭਾਈ ਸਾਹਿਬ ਨੇ 4-500 ਸਾਲ ਬਾਅਦ ਉਹਨਾਂ ਦੀ ਵਕਾਲਤ ਆਉਣ ਸ਼ੁਰੂ ਕੀਤੀ ਹੈ ਮੈਂ ਕਹਿੰਦਾ ਹਾਂ ਕਿ ਜੇ ਇਹਨਾਂ ਟੋਕਾਂ ਵਿੱਚ ਦੱਸੇ ਹੋਏ మాਸ ਦੀ ਤੁਲਨਾ ਪ੍ਰਤੱਖ మాਸ ਨਾਲ ਨਹੀਂ ਸੀ ਹੋ ਸਕਦੀ ਜਿਹੜਾ ਕਿ ਦੇਖ ਵਿੱਚ ਪਿਆ ਰਿਝ ਰਿਹਾ ਸੀ ਤਾਂ ਇਹਨਾਂ ਕੋਲੋਂ ਕੀ ਥੜਿਆ ਸੀ ਫਿਰ ਤਾਂ ਸਵਾਲ ਗੰਦਲ ਤੇ ਜਵਾਬ ਚਣਾ ਵਾਲੀ ਗੱਲ ਹੀ ਹੋਈ ਇੱਥੇ మాਸ ਦੇ ਦਿਸਟਾਨ ਦੇ ਕੇ మాਸ ਨਾਲ ਮਾਸ ਦਾ ਹੀ ਅਪੇਧ ਹੋਣਾ ਦੱਸਿਆ ਹੈ మాਸ ਤਿਆਗੀਆਂ ਵਾਸਤੇ ਇਹ ਮੁਸ਼ਕਲ ਪੈਦਾ ਹੋ ਜਾਂਦੀ ਹੈ ਕਿ ਇਹ ਚੀਜ਼ਾਂ ਛੱਡੀਆਂ ਨਹੀਂ ਜਾ ਸਕਦੀਆਂ ਤੇ ਜਿੰਨਾ ਚਿਰ ਇਹ ਛੱਡੀਆਂ ਨਹੀਂ ਜਾਂਦੀਆਂ ਓਨਾ ਚਿਰ ਉਹ ਮਾਸ ਹੀ ਖਾਂਦੇ ਹਨ ਹੁਣ ਮੈਂ ਉਹ ਤੁਕਾਂ ਆਪਦੇ ਪੇਸ਼ ਕਰਦਾ ਹਾਂ ਤੇ ਭਾਈ ਸਾਹਿਬ ਵੱਲੋਂ ਪੇਸ਼ ਕੀਤੀਆਂ ਟੋਚਰਾਂ ਦੇ ਵੀ ਨਾਲੋਂ ਨਾਲ ਗਿੱਟੇ ਘੜੀ ਜਾਵਾਂਗਾ ਨੰਬਰ 1 ਪਹਿਲਾ ਮਾਸੋਂ ਨਿਮਿਆ ਮਾਸੇ ਅੰਦਰ ਵਾਸ ਪੰਨਾ 1289 ਭਾਵ ਅਰਥ ਪਹਿਲਾ ਇਹ ਜੀਵ ਪਾਸੋਂ ਪਿਤਾ ਦੇ ਵੀਰਜ ਰੂਪੀ ਮਾਸ ਤੋਂ ਨਿਮਿਆ ਟਿਕਿਆ ਤੇ ਮਾਤਾ ਦੇ ਉਦਰ ਰੂਪੀ ਮਾਸ ਵਿੱਚ ਹੀ ਵਸਿਆ ਹੈ ਨੰਬਰ 2 ਜੀਓ ਪਾਏ ਮਾਸ ਮੂੰ ਮਿਲਿਆ ਹੱਡ ਚੰਮ ਤਨ ਮਾਸ ਪੰਨਾ 1289 ਭਾਵਰਤ ਜੀਵ ਨੂੰ ਪੈਦਾ ਕਰਕੇ ਵਾਹਿਗੁਰੂ ਨੇ ਮਾਤਾ ਦੇ ਪੇਟ ਵਿੱਚ ਵੀ ਇਸ ਦੇ ਮੂੰਹ ਵਿੱਚ 나ੜੂਏ ਦੇ ਰਾਹੀਂ ਮਾਸ ਹੀ ਪਾਇਆ ਮਹਾਰਾਜ ਇਹਨਾਂ ਧੁਕਾਂ ਵਿੱਚ ਮਨੁੱਖ ਨੂੰ ਜਨਮ ਲੈਣ ਤੋਂ ਪਹਿਲੇ ਹੀ ਮਾਸਾहारी ਸਾਪਤ ਕਰ ਰਹੇ ਹਨ ਕਿਉਂਕਿ ਮਾਤਾ ਦੇ ਪੇਟ ਵਿੱਚ ਵਧਨ ਫੁੱਲਣ ਲਈ ਮਾਤਾ ਦੇ ਮਾਸ ਵਿੱਚੋਂ ਉਪਜੇ ਸਾਰ ਦਾ ਰਸ ਰੂਪੀ ਆਹਾਰ ਮਾਸ ਹੀ ਮਿਲਿਆ ਇਹ ਜੀਵ ਸੂਖਮ ਹੋਣ ਦੇ ਕਾਰਨ ਇਹ ਬਹੁਤ ਸੂਖਮ ਮਾਸ ਨੂੰ ਹੀ ਖਾ ਔਰ ਪਚਾ ਸਕਦਾ ਸੀ ਭਾਈ ਸਾਹਿਬ ਇਸ ਦੇ ਸਬੰਧ ਵਿੱਚ ਇਸ ਤਰ੍ਹਾਂ ਦਾ ਕਚੋਲ ਮਾਰਦੇ ਹਨ ਜੇ ਇਹਨਾਂ ਪੰਕਤੀਆਂ ਤੋਂ ਮਾਸ ਖਾਣ ਦਾ ਹੁਕਮ ਕਿਸੇ ਵਿੰਗੇ ਟੇਢੇ ਤਰੀਕੇ ਨਾਲ ਮਾਸਾहारी ਸਿੱਧ ਕਰ ਵੀ ਲੈਣ ਤਾਂ ਮਾਸ ਖਾਣਿਆਂ ਨੂੰ ਮਾਤਾ ਦੇ ਉਦਰ ਦਾ ਮਾਸ ਮਾਤਾ ਦੇ ਉਦਰ ਵਿੱਚ ਜੰਮੀ ਪੋਟਲੀ ਮਾਸ ਦਾ ਨਾਲੂਆ ਬੁੱਥ ਹੱਡ ਚੰਮ ਤਨ ਸਮੇਤ ਖਾ ਕੇ ਹੜੱਪ ਕਰ ਜਾਣੇ ਪੈਣਗੇ ਭਾਈ ਰਣਜੀਤ ਸਿੰਘ ਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਹਮਲਾ ਹੋਰ ਕਿਸੇ ਤੇ ਨਹੀਂ ਸਗੋਂ ਸਿੱਧਾ ਗੁਰੂ ਨਾਨਕ ਸਾਹਿਬ ਉੱਤੇ ਹੋ ਰਿਹਾ ਹੈ ਜਿਹੜੇ ਕਿ ਹਰਨ ਦੇ ਮਾਸ ਨੂੰ ਸਾਹਮਣੇ ਰੱਖ ਕੇ ਇਹੋ ਜਿਹੇ ਦਿਸਟਾਂਤ ਦੇਈ ਜਾ ਰਿਹਾ ਹੈ ਇਹ ਜੀਵ ਜਦ ਤੱਕ ਮਾਦਾ ਦੇ ਪੇਟ ਵਿੱਚ ਰਿਹਾ ਮਾਤਾ ਦੇ ਉਦਰ ਦਾ ਮਾਸ ਮਾਤਾ ਦੇ ਉਦਰ ਦੇ ਅੰਦਰ ਜੰਮੀ ਜੀਵ ਪੋਤ ਤੇ ਨਾਲੂਆ ਇਸ ਆਦਮੀ ਦਾ ਉਸ ਵੇਲੇ ਆਧਾਰ ਸੀ ਪਰ ਹੈਸੀ ਮਾਸ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਉਸ ਤੋਂ ਬਾਅਦ ਉਹ ਜੀਵ ਪੋਤ ਜਿਉਂ ਖਾਣ ਦੇ ਕੰਮ ਨਹੀਂ ਆ ਰਹੀ ਬਾਹਰ ਆਉਣ ਦੇ ਬਾਅਦ ਉਸ ਦੇ ਅੰਦਰ ਅਪਵਿੱਤਰਤਾ ਆ ਜਾਂਦੀ ਹੈ ਤੇ ਖਾਣ ਦੇ ਕੰਮ ਨਹੀਂ ਰਹਿੰਦੀ ਜਿਸ ਤਰ੍ਹਾਂ ਅਸੀਂ ਅੰਨ ਜਲ ਖਾਂਦੇ ਪੀਂਦੇ ਹਾਂ ਜਦ ਉਹਨਾਂ ਦਾ ਅਸਲੀ ਰਸ ਸਰੀਰ ਦਾ ਹਿੱਸਾ ਛੱਡ ਜਾਂਦਾ ਹੈ ਤਾਂ ਬਾਕੀ ਫੋਗ ਮਲ ਮੂਤਰ ਦੀ ਸ਼ਕਲ اختیار ਕਰ ਜਾਂਦਾ ਹੈ ਤੇ ਸਰੀਰ ਉਸ ਨੂੰ ਆਪਣੇ ਨਾਮਾਫਕ ਹੋਣ ਕਰਕੇ ਬਾਹਰ ਸੁੱਟ ਦਿੰਦਾ ਹੈ ਜਿਵੇਂ ਥੋਕ ਖੰਗਾਰ ਗਿੱਡ ਤੇ ਪਸੀਨਾ ਆਦਿਕ ਪਰ ਇਨ੍ਹਾਂ ਸਰੀਰ ਵੱਲੋਂ ਤਿਆਗੀਆਂ ਹੋਈਆਂ ਚੀਜ਼ਾਂ ਨੂੰ ਕੋਈ ਮਨੁੱਖ ਵੀ ਖਾਣ ਲਈ ਤਿਆਰ ਨਹੀਂ ਕਿਉਂਕਿ ਕੁਦਰਤ ਨੇ ਹੁਣ ਇਹਨਾਂ ਨੂੰ ਨਾ ਖਾਣਯੋਗ ਬਣਾ ਦਿੱਤਾ ਹੈ ਇਸੇ ਤਰ੍ਹਾਂ ਉਹ ਜੀਵ ਪੋਤ ਵਾਲਾ ਮਾਸ ਉਤਨਾ ਚਿਰ ਬੱਚੇ ਵਾਸਤੇ ਪਵਿੱਤਰ ਖੁਰਾਕ ਸੀ ਪਰ ਜਦ ਬਾਹਰ ਆ ਗਿਆ ਤਾਂ ਉਸ ਦੀ ਪੋਜੀਸ਼ਨ ਉਹੋ ਜਿਹੀ ਹੋ ਗਈ ਜਿਹਾ ਜਿਹੀ ਬਾਕੀ ਚੀਜ਼ਾਂ ਦੀ ਜਿਹੜਾ ਬੱਚਾ ਮਾਤਾ ਦੇ ਪੇਟ ਵਿੱਚ ਉਸ ਜੀਵ ਪੋਤ ਨੂੰ ਚੂਸਦਾ ਹੈ ਬਾਹਰ ਆਉਣ ਦੇ ਬਾਅਦ ਉਹ ਬੱਚਾ ਵੀ ਉਸ ਚੀਜ਼ ਦੇ ਖਾਣ ਦੇ ਸਮਰੱਥ ਨਹੀਂ ਰਿਹਾ ਇਸ ਲਈ ਉਸ ਦੀ ਖੁਰਾਕ ਬਣ ਲਈ ਮਾਤਾ ਦੇ ਮਾਸ ਨੇ ਦੂਜੀ ਸ਼ਕਲ ਅਖਤਿਆਰ ਕਰ ਲਈ ਜਿਸ ਦੀ ਉਸ ਨੂੰ ਲੋੜ ਸੀ ਤੇ ਜਿਸ ਨੂੰ ਉਹ ਆਸਾਨੀ ਨਾਲ ਖਾ ਤੇ ਪਚਾ ਸਕਦਾ ਸੀ ਉਹ ਹੈ ਦੁੱਧ ਇਹ ਮਨੁੱਖ ਲਈ ਮਾਸ ਖਾਣ ਦੀ ਦੂਜੀ ਅਵਸਥਾ ਸੀ ਇਸ ਗੱਲ ਨੂੰ ਸਿੱਧ ਕਰਨ ਲਈ ਤੀਜੀ ਤੋਕ ਪੜੋ ਹਵਾਲਾ ਤੀਜਾ ਮਾਸੋਂ ਬਾਹਰ ਕੱਢਿਆ ਮੰਮਾ ਮਾਸ ਗਿਰਾਸ ਪੰਨਾ 1299 ਭਾਵਰਤ ਜਾਵੇ ਜੀਵ ਮਾਤਾ ਦੇ ਪੇਟ ਰੂਪੀ ਮਾਸ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਇਸ ਨੂੰ ਆਪਣੇ ਖਾਣ ਲਈ ਦੁੱਧ ਦੀ ਸ਼ਕਲ ਵਿੱਚ ਆਪਣੀ ਮਾਤਾ ਦਾ ਮੰਮਾ ਰੂਪੀ ਮਾਸ ਦਾ ਗ੍ਰਾਸ ਬੁਰਕੀ ਹੀ ਮਿਲੇ ਭਾਈ ਰਣਜੀਤ ਸਿੰਘ ਜੀ ਕਥਨ ਕਰਦੇ ਹਨ ਕਿ ਕੀ ਇਸ ਤੀਜੀ ਪੰਕਤੀ ਤੋਂ ਮਾਸ ਖਾਣ ਦਾ ਹੁਕਮ ਗੁਰੂ ਸਿੱਧ ਹੁੰਦਾ ਹੈ ਜੇ ਹੁੰਦਾ ਹੈ ਤਾਂ ਮਾਤਾ ਦੀ ਦੁੱਧੀ ਮੰਮੇ ਨੂੰ ਵੀ ਚੱਕ ਮਾਰ ਕੇ ਮਾਸ ਦਾ ਗ੍ਰਾਸ ਬਣਨਾ ਪਵੇਗਾ ਅਸੀਂ ਤਾਂ ਕਹਿੰਦੇ ਹਾਂ ਕਿ ਮਮਾ ਬਣਿਆ ਹੋਇਆ ਹੈ ਮਾਸ ਦਾ ਉਸ ਵਿੱਚ ਪਰਮਾਤਮਾ ਨੇ ਮਾਸ ਨੂੰ ਦੁੱਧ ਦੀ ਸ਼ਕਲ ਵਿੱਚ ਬਦਲ ਕੇ ਮੰਮੇ ਵਿੱਚ ਭੇਜ ਦਿੱਤਾ ਹੈ ਤੇ ਕੁਦਰਤ ਨੇ ਉਸ 마ਸੂਮ ਬੱਚੇ ਨੂੰ ਵੀ ਇਹੀ ਸਮਝ ਦਿੰਦੀ ਹੈ ਕਿ ਇਸ ਸੂਖਮ ਮਾਸ ਨੂੰ ਉਸ ਵੇਲੇ ਜਿਹੜੇ ਤਰੀਕੇ ਨਾਲ ਖਾਣਾ ਹੈ ਉਹ ਮੰਮੇ ਨੂੰ ਚੱਕ ਨਹੀਂ ਵੱੜਦਾ ਮੰਮੇ ਨੂੰ ਐਸੇ ਢੰਗ ਨਾਲ ਚੂਸਦਾ ਹੈ ਕਿ ਮਾਤਾ ਨੂੰ ਕੋਈ ਕਸ਼ਟ ਪ੍ਰਤੀਤ ਨਾ ਹੋਵੇ ਉਸ ਵੇਲੇ ਉਸ ਦੇ ਮੂੰਹ ਵਿੱਚ ਦੰਦ ਵੀ ਨਹੀਂ ਹੁੰਦੇ ਜਿਨ੍ਹਾਂ ਨਾਲ ਉਹ ਚੱਕ ਵੱਢ ਸਕੀ ਜੇ ਕੁਦਰਤ ਨੇ ਇਸਤਰੀ ਦੇ ਮੰਮੇ ਵਾਸਤੇ ਚੱਕ ਵੱਢ ਕੇ ਖਾਣ ਲਈ ਬਣਾਏ ਹੁੰਦੇ ਤਾਂ ਉਸ ਦੇ ਜੰਮ ਦੇ ਮੂੰਹ ਵਿੱਚ ਹੀ ਪੂਰੇ ਦੰਦ ਹੋਣੇ ਸੀ ਜੇ ਇਹ ਮੰਮੇ ਵਿੱਚੋਂ ਪੈਦਾ ਹੋਇਆ ਦੁੱਧ ਮਾਸ ਨਹੀਂ ਸੀ ਤਾਂ ਜਾਨਵਰ ਦੇ ਮਾਸ ਨੂੰ ਸਿੱਧ ਕਰ ਲਈ ਇਹ ਦ੍ਰਿਸ਼ਟਾਂਤ ਹੀ ਕਿਉਂ ਦਿੱਤਾ ਗਿਆ ਆਪ ਇਹ ਚਾਹੁੰਦੇ ਹਨ ਕਿ ਜਿੰਨੀਆਂ ਤੁਕਾਂ ਆਈਆਂ ਹਨ ਹਰ ਇੱਕ ਵਿੱਚ ਇਉਂ ਲਿਖਿਆ ਹੋਵੇ ਕੇ ਮਾਸ ਖਾਓ ਜੀ ਮਾਸ ਖਾਓ ਜੀ ਮਾਸ ਖਾਓ ਜੀ ਪਰ ਭਾਈ ਰਣਜੀਤ ਸਿੰਘ ਨੇ ਤਾਂ ਕਿਸੇ ਤੋਕ ਵਿੱਚੋਂ ਹੀ ਮਾਸ ਨਹੀਂ ਖਾਣਾ ਚਾਹੀਦਾ ਭਾਵ ਇਸ਼ਾਰੇ ਮਾਤਰ ਵੀ ਸਾਫਤ ਕਰਕੇ ਨਹੀਂ ਵਿਖਾਇਆ ਤੇ ਨਾ ਹੀ ਇਹ ਕਿ ਮਾਸ ਮਲੇਸ਼ਾਂ ਦਾ ਖਾਣਾ ਹੈ ਹਵਾਲਾ ਨੰਬਰ 4 ਮੂਹ ਮਾਸੇ ਕਾ ਜੀਵ ਮਾਸੇ ਕੀ ਮਾਸੇ ਅੰਦਰ ਸਾਸ ਪੰਨਾ 1289 ਇਸ ਵਿੱਚੋਂ ਆਪ ਇਸ ਤਰ੍ਹਾਂ ਨਿਕਲਣ ਦੀ ਕੋਸ਼ਿਸ਼ ਕਰਦੇ ਹਨ ਲੋ ਦੱਸੋ ਇਸ ਤੋਕ ਵਿੱਚ ਵੀ ਭਲਾ ਕਿਤੇ ਮਾਸ ਖਾਣ ਦਾ ਉਪਦੇਸ਼ਮਈ ਹੁਕਮ ਹੈ ਜੇ ਹੈ ਤਾਂ ਆਦਮੀ ਦੇ ਬੱਚੇ ਤੇ ਬੱਚੇ ਦਾ ਮੂੰਹ ਜੀਭ ਢਿੱਡ ਤੇ ਨੱਕ ਆਦਕ ਸਭ ਖਾਣਾ ਪਵੇਗਾ ਕਿਉਂਕਿ ਇਹ ਸਭ ਮਾਸ ਦੇ ਬਣੇ ਹੋਏ ਹਨ ਸੁਣੋ ਸ੍ਰੀਮਾਨ ਜੀ ਆਪਣੇ ਬੱਚੇ ਨੂੰ ਕੋਈ ਨਹੀਂ ਖਾਂਦਾ ਭਾਵੇਂ ਉਹ ਮਾਸਾहारी ਜਾਨਵਰੀ ਕਿਉਂ ਨਾ ਹੋਵੇ ਸ਼ੇਰ ਬਗਿਆੜ ਤੇ ਚਿਤਰੇ ਬਾਜ ਯਰਗ ਅਤੇ ਕੂਹਾਂ ਆਦਕ ਸਭ ਜਾਨਵਰ ਮਾਸਾਹਾਰੀ ਹਨ ਪਰ ਆਪਣੇ ਬੱਚਿਆਂ ਨੂੰ ਤਾਂ ਇਹ ਨਰੋਲ ਮਾਸਾਹਾਰੀ ਜਾਨਵਰ ਵੀ ਨਹੀਂ ਖਾਂਦੇ ਪਰ ਚੁੰਮਦੇ ਛੱਟਦੇ ਜ਼ਰੂਰ ਹਨ ਉਹਨਾਂ ਨੂੰ ਆਪਣੇ ਬੱਚਿਆਂ ਦਾ ਮਾਸ ਖਾਣ ਨਾਲ ਉਹਨਾਂ ਦੇ ਚੁੰਮਣ ਛੱਟਣ ਵਿੱਚ ਹੀ ਸਵਾਦ ਆਉਂਦਾ ਹੈ ਇਸੇ ਤਰ੍ਹਾਂ ਆਦਮੀ ਵੀ ਆਪਣੇ ਬੱਚਿਆਂ ਨੂੰ ਚੁੰਮਦੇ ਛੱਟਦੇ ਹਨ ਉਹਨਾਂ ਦੇ ਕਪੂਲ ਵੀ ਆਪਣੇ ਮੂੰਹ ਵਿੱਚ ਪਾਉਂਦੇ ਹਨ ਜੋ ਸਵਾਦ ਉਹਨਾਂ ਨੂੰ ਆਪਣੇ ਬੱਚਿਆਂ ਦੇ ਚੁੰਮਣ ਛੱਟਣ ਵਿੱਚ ਆਉਂਦਾ ਹੈ ਹੋਰ ਕਿਸੇ ਤਰ੍ਹਾਂ ਨਹੀਂ ਆ ਸਕਦਾ ਗੁਰਮੁਖੋ ਇਸ ਤੋਕ ਵਿੱਚ ਸਿਰਫ ਇਹ ਸਿਧਾਂਤ ਨਿਰੂਪਣ ਕੀਤਾ ਗਿਆ ਹੈ ਕਿ ਇਸ ਮਨੁੱਖ ਦਾ ਮੂੰਹ ਮਾਸ ਦਾ ਤੇ ਜੀਭ ਵੀ ਮਾਸ ਦੀ ਬਣੀ ਹੋਈ ਹੈ ਇਸ ਲਈ ਜੇ ਕਿਸੇ ਖਾਦੇ ਪੀਤੇ ਜਾਣ ਵਾਲੇ ਜਾਨਵਰ ਦਾ ਮਾਸ ਇਸ ਦੇ ਮੂੰਹ ਵਿੱਚ ਆ ਪਵੇ ਤਾਂ ਇਸ ਵਿੱਚ ਅਪਵਿੱਤਰਤਾ ਨਹੀਂ ਆ ਸਕਦੀ ਸੋ ਇਹ ਤੋਕ ਇਸ ਤਰ੍ਹਾਂ ਮਾਸ ਖਾਣਾ ਸਿੱਧ ਕਰਦੀ ਹੈ ਹੋਰ ਇੱਥੇ ਮਨੁੱਖ ਦੇ ਵਾਸਤੇ ਮਨੁੱਖ ਦਾ ਮਾਸ ਖਾਣ ਦਾ ਵਿਧਾਨ ਸਿੱਧ ਕਰਨ ਦਾ ਕੋਈ ਪਰਜੋਜਨ ਨਹੀਂ ਨਾ ਹੀ ਇਹ ਚਰਚਾ ਮਨੁੱਖ ਦੇ ਮਾਸ ਤੋਂ ਆਰੰਭ ਹੋਈ ਦੱਸਿਆ ਇਹ ਜਾ ਰਿਹਾ ਹੈ ਕਿ ਮਨੁੱਖ ਆਤ ਤੋਂ ਅੰਤ ਤੱਕ ਮਾਤਾ ਦੇ ਪੇਟ ਤੋਂ ਲੈ ਕੇ ਮਰਨ ਭਰੰਤ ਮਾਸਾਹਾਰੀ ਹੈ ਜਾਨਵਰ ਦੇ ਮਾਸ ਦੀ ਅਪੇਧਤਾ ਹੀ ਇਸ ਦੇ ਮਾਸ ਨਾਲ ਹੋਣੀ ਹੈ ਚਰਚਾ ਜਾਨਵਰ ਦੇ ਮਾਸ ਤੋਂ ਆਰੰਭ ਹੋਈ ਹੈ ਤੇ ਉਸੇ ਨੂੰ ਮਨੁੱਖ ਲਈ ਹੁੰਚਣ ਯੋਗ ਸਾਫਤ ਕਰਨ ਦਾ ਨਿਸ਼ਾਨਾ ਹੈ ਹਰ ਇੱਕ ਤੁਕ ਤੀਰ ਵਾਂਗ ਉਸ ਨਿਸ਼ਾਨੇ ਨੂੰ ਫੁੰਡਦੀ ਜਾ ਰਹੀ ਹੈ ਇਹ ਨਿਸ਼ਾਨਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਤੇ ਏਤੇ ਰਸ ਛੋੜ ਹੋਵੇ ਸੰਿਆਸੀ ਵਾਲੀ ਗੁਲਜ਼ਰੀ ਹੈ ਇਸ ਗੱਲ ਨੂੰ ਸਮਝਣ ਲਈ ਕੁਝ ਬਾਣੀਆਂ ਦੀਆਂ ਰਹਾਉ ਵਾਲੀਆਂ ਤੁਕਾਂ ਦਾ ਅਭਿਆਸ ਕਰਨਾ ਚਾਹੀਦਾ ਹੈ ਰਹਾਉ ਵਾਲੀ ਤੁਕ ਇੱਕ ਨਿਸ਼ਾਨਾ ਹੈ ਤੇ ਬਾਕੀ ਤੁਕਾਂ ਉਸ ਦੀ ਪੁਸ਼ਟੀ ਲਈ ਲੰਬੋ ਚਾਂਬੋ ਖਿਆਲ ਲਿਆ ਕੇ ਉਥੇ ਘਟਾਈਆਂ ਜਾਂਦੀਆਂ ਹਨ ਪਰ ਜੇ ਉਹਨਾਂ ਨੂੰ ਇਕੱਲੀਆਂ ਇਕੱਲੀਆਂ ਕਰਕੇ ਸੋਚਣ ਲੱਗ ਜਾਈਏ ਤਾਂ ਉਹਨਾਂ ਤੋਂ ਕੋਈ ਗੱਲ ਵੀ ਸਿੱਧ ਨਹੀਂ ਹੋ ਸਕਦੀ ਪਰ ਜੇ ਉਹ ਸਾਰੇ ਮਜ਼ਮੂਨ ਨੂੰ ਅੱਗੋਂ ਪਿੱਛੋਂ ਵਿਚਾਰਿਆ ਜਾਵੇ ਤਾਂ ਕਿਸੇ ਸਿੱਟੇ ਉੱਤੇ ਪਹੁੰਚ ਜਾਈਦਾ ਹੈ ਜਿਸ ਤਰ੍ਹਾਂ ਮੇਰੇ ਮਨ ਐਸੋ ਕਰ ਸੰਿਆ사 ਰੇ ਮਨ ਇਹ ਵਿਦਯੋਗ ਕਮਾਓ ਅਤੇ ਗੋਬਿੰਦ ਭਾਉ ਭਗਤ ਦਾ ਭੁਖਾ ਭਾਈ ਗੁਰਦਾਸ ਆਦਕ ਜੇਵੇਂ ਇਹਨਾਂ ਤੁਕਾਂ ਦਾ ਅਸਰ ਰਹਾਉ ਵਾਲੀਆਂ ਤੁਕਾਂ ਤੇ ਪੈਂਦਾ ਹੈ ਇਸੇ ਤਰ੍ਹਾਂ ਇਹਨਾਂ ਸਾਰੀਆਂ ਪੰਕਤੀਆਂ ਦੀ ਛੱਟ ਇਤੇਰਸ ਛੋੜ ਹੋਵੇ ਸਨਿਆਸੀ ਤੇ ਆਣ ਕੇ ਵੱਜਦੀ ਹੈ ਹੁਣ ਲਵੋ ਪੰਜਵੀਂ ਤੁਕਾ ਹਵਾਲਾ ਨੰਬਰ 5 ਵੱਡਾ ਹੋਆ ਵਿਆਹਾ ਘਰ ਲੈ ਆਇਆ ਮਾਸ ਪੰਨਾ 1299 ਇਸ ਤੇ ਭਾਈ ਰਣਧੀਰ ਸਿੰਘ ਜੀ ਇਹ ਨੋਟ ਛਾੜਦੇ ਹਨ ਇਸ ਤਰੀ ਘਰ ਲਿਆਉਂਦਾ ਹੈ ਗ੍ਰਿਸ਼ਤ ਨੂੰ ਨਾ ਕਿ ਉਸ ਦਾ ਮਾਸ ਖਾਣ ਨੂੰ ਆਪ ਜੋਸ਼ ਵਿੱਚ ਆ ਕੇ ਇਤਨੇ ਓਖੜੇ ਹਨ ਕਿ ਉਹਨਾਂ ਨੂੰ ਇਹ ਗੱਲ ਭੁੱਲ ਹੀ ਗਈ ਹੈ ਕਿ ਉਹ ਇਹ ਨੁਕਤਾ ਚ ਨਹੀਂ ਸ੍ਰੀ ਗੁਰੂ ਨਾਨਕ ਸਾਹਿਬ ਤੇ ਕਰ ਰਹੇ ਹਨ ਕਿ ਇਹ ਉਤਰ ਪਾਂਡਿਆਂ ਨੂੰ ਕਿਉਂ ਨਾ ਪੁਰਿਆ ਸਤਗੁਰ ਤਾਂ ਇਹ ਕਹਿ ਰਹੇ ਹਨ ਕਿ ਤੁਹਾਡਾ ਮਾਸ ਨਾਲ ਇਤਨਾ ਗੂੜਾ ਸੰਬੰਧ ਹੈ ਕਿ ਕਿਸੇ ਨਾ ਕਿਸੇ ਸ਼ਕਲ ਵਿੱਚ ਤੁਹਾਡੇ ਨਾਲ ਚੰਬੜਿਆ ਹੀ ਰਹੇਗਾ ਜਦੋਂ ਤੁਸੀਂ ਵਿਆਹ ਕਰਦੇ ਹੋ ਤਾਂ మాਸ ਦੀ ਇਸਤਰੀ ਤੁਹਾਡੇ ਘਰ ਆਉਂਦੀ ਹੈ ਤੇ ਉਸਦੇ మాਸ ਨੂੰ ਤੁਸੀਂ ਬੜੇ ਭੇਦ ਤਰੀਕੇ ਨਾਲ ਖਾਂਦੇ ਹੋ ਉਸ ਵੇਲੇ ਜੋ ਮਨੁੱਖ ਦਾ ਵਤੀਰਾ ਹੁੰਦਾ ਹੈ ਇਥੇ ਖੋਲ ਕੇ ਦੱਸਣ ਦੀ ਲੋੜ ਨਹੀਂ ਰਾਗ ਵੱਜਣ ਦੇ ਨਾਲ ਤਾਰ ਬੁਝ ਲਈਦੀ ਹੈ ਉਸ ਵੇਲੇ ਇਸ ਤਰ੍ਹਾਂ ਦੇ మాਸ ਤੋਂ ਬਹੁਤ ਰਸ ਮਹਿਸੂਸ ਹੁੰਦਾ ਹੈ ਜਦ ਉਸ ਨੂੰ ਇਸ ਜਿਉਂਦੇ మాਸ ਵਿੱਚ ساری ਜਵਾਨੀ ਦੀ ਉਮਰ ਵਿੱਚ ਬੇਹਦ ਸੁਆਦ ਦੀ ਸੰਭਾਵਨਾ ਹੈ ਉਸ ਵਿੱਚੋਂ ਹੀਰਿਆਂ ਵਰਗੇ ਪੁੱਤਰ ਧੀਆਂ ਪੈਦਾ ਹੋਣੇ ਹਨ ਤਾਂ ਫਿਰ ਉਸ ਵਿਚਾਰੀ ਨੂੰ ਇੱਕੋ ਵਾਰੀ ਵੱਢ ਕੇ ਕਿਉਂ ਖਾਵੇ ਪਰ ਜੇ ਹਰਣ ਤੇ ਬੱਕਰੇ ਦੇ ਮਾਸ ਤੋਂ ਪਰਹੇਜ਼ ਕਰੋਗੇ ਤਾਂ ਉਸ ਤੋਂ ਤੁਸੀਂ ਕੀ ਲਾਭ ਪ੍ਰਾਪਤ ਕਰੋਗੇ ਬਗੈਰ ਉਜਾੜੇ ਦੇ ਸ੍ਰੀਮਾਨ ਜੀ ਇਸ ਪੰਜਵੀਂ ਤੋਕ ਵਿੱਚ ਮਾਸ ਦੀ ਵਰਤੋਂ ਦਾ ਪੰਜਵਾਂ ਤਰੀਕਾ ਬਿਆਨ ਕੀਤਾ ਹੈ ਇਸਤੇ ਤੁਰਦਿਆਂ ਤੁਰਦਿਆਂ ਹਰਣ ਦੇ ਮਾਸ ਤੱਕ ਅੱਪੜ ਪੈਣਾ ਘਬਰਾਉਣ ਦੀ ਲੋੜ ਨਹੀਂ ਉਹਨਾਂ ਦੀ ਇਹ ਗੱਲ ਤਾਂ ਹੀ ਸਿੱਧ ਹੋ ਸਕਦੀ ਸੀ ਜੇ ਉਹ ਇਹ ਗੱਲ ਸਾਬਤ ਕਰਦੇ ਕਿ ਇਸਤਰੀ ਮਾਸ ਦੀ ਨਹੀਂ ਸਗੋਂ ਲੱਕੜ ਜਾਂ ਪੱਥਰ ਦੀ ਬਣੀ ਹੋਈ ਹੈ ਤਾਂ ਕਿ ਉਹ ਗੁਰੂ ਜੀ ਦੀ ਇਸ ਦਲੀਲ ਨੂੰ ਚੰਗੀ ਤਰ੍ਹਾਂ ਰੱਦ ਕਰ ਸਕਦੇ ਅਤੇ ਜਿਹੜੇ ਪੰਡਤ ਕੁਰਖੇਤਰ ਦੇ ਮੈਦਾਨ ਵਿੱਚ ਹਾਰ ਖਾ ਗਏ ਸਨ ਉਹਨਾਂ ਦੀਆਂ ਰੂਹਾਂ ਸੱਚਖੰਡ ਪਧਾਰਨ ਵੇਲੇ ਫੁੱਲਾਂ ਦੇ ਹਾਰ ਪਾ ਕੇ ਭਾਈ ਰਣਕੀਰ ਸਿੰਘ ਦਾ ਸਵਾਗਤ ਕਰਦੀਆਂ ਹਵਾਲਾ ਨੰਬਰ 6 मासु ही मास उपजे मासु सबो साख पन्ना 1299 भाई सहबो वाच इस ਵਿੱਚ ਬੱਚੇ ਸਾਖ ਸੰਬੰਧੀਆਂ ਦੀ ਉਤਪਤੀ ਮਾਸ ਤੋਂ ਦੱਸੀ ਹੈ ਮਾਸ ਖਾਣ ਦਾ ਹੁਕਮ ਇਸ ਪੰਕਤੀ ਤੋਂ ਵੀ ਸਿੱਧ ਨਹੀਂ ਹੁੰਦਾ ਸੱਚਖੰਡ ਵਾਸੀ ਮਿੱਠ ਬੋਲੜੇ ਮਿੱਤਰੋ ਇੱਥੇ ਕੋਈ ਸ੍ਰਿਸ਼ਟੀ ਦੀ ਉਤਪਤੀ ਦੱਸਣ ਦਾ ਪ੍ਰਸੰਗ ਨਹੀਂ ਛੜਿਆ ਝਗੜਾ ਹੈ ਮਾਸ ਖਾਣ ਜਾਂ ਨਾ ਖਾਣ ਦਾ ਇਸ ਨੂੰ ਨਿਬੇੜਨ ਵਾਸਤੇ ਇਹ ਤੋਕਾਂ ਗਵਾ ਭੁਗਤ ਰਹੀਆਂ ਹਨ ਇਸ ਤੋਕ ਵਿੱਚ ਮਨੁੱਖ ਨੂੰ ਆਪਣੇ ਆਲੇ ਦੁਆਲੇ ਮਾਸ ਦਾ ਹੀ ਕੋਟ ਉਸਰਿਆ ਹੋਇਆ ਦਿਖਾਇਆ ਗਿਆ ਹੈ ਇਹ ਸਭ ਤੋਕਾਂ ਵੈਸ਼ਨੂ ਪੰਡਤਾਂ ਨੂੰ ਚਾਰਚ ਫੇਰੀਆਂ ਘੇਰੀ ਆਉਂਦੀਆਂ ਹਨ ਤੇ ਉਹਨਾਂ ਨੂੰ ਸਹਿਜੇ ਸਹਿਜੇ ਇੱਕ ਗੁੱਠੇ ਲਾ ਕੇ ਫੜ ਲੈਣਗੀਆਂ ਤੇ ਪੁੱਛਣਾ ਹੈ ਕਿ ਦੱਸੋ ਪੰਡਤ ਜੀ ਮਹਾਰਾਜ ਹੁਣ ਕਿੱਥੇ ਲੁਕੋਗੇ ਤੇ ਏਤੇ ਰਸ ਛੋੜੇ ਬਿਨਾ ਸੰਿਆਸੀ ਕਿਵੇਂ ਬਣੋਗੇ ਹਵਾਲਾ ਨੰਬਰ 7 ਸਤਗੁਰ ਮਿਲਿਆ ਹੁਕਮੁ ਗੁਜਿਐ ਤਾਕੂ ਆਵੈ ਰਾਸ ਪੰਨਾ 1299 ਨੰਬਰ 8 ਆਪ ਛੁੱਟੇ ਨਾ ਛੁਟੀਐ ਨਾਨਕ ਬਚਨ ਬਿਨਾਸ ਪੰਨਾ 1299 ਇੱਥੇ ਆ ਕੇ ਵੀ ਭਾਈ ਰਣਧੀਰ ਸਿੰਘ ਉਸੇ ਤਰ੍ਹਾਂ ਦੀ ਰੱਟ ਲਾਉਂਦੇ ਹਨ ਇੱਥੇ ਤਾਂ ਗੁਰੂ ਜੀ ਨੇ ਪੰਡਤਾਂ ਪਰ ਐਸੀ ਚੋਟ ਕੀਤੀ ਹੈ ਕਿ ਫੜ ਕੇ ਬੂਥਾ ਹੀ ਭੰਨ ਛੱਡਿਆ ਹੈ ਇੱਥੇ ਇਹ ਭਾਵ ਪ੍ਰਗਟ ਕੀਤਾ ਹੈ ਕਿ ਜੇ ਪੰਡਤ ਜੀ ਮਹਾਰਾਜ ਤੁਹਾਨੂੰ ਇਸ ਮਾਮਲੇ ਦੀ ਸਮਝ ਇਸ ਵਾਸਤੇ ਨਹੀਂ ਪਈ ਕਿ ਤੁਹਾਨੂੰ ਗੁਰੂ ਜੀ ਨਹੀਂ ਮਿਲਿਆ ਅਜੇ ਤੱਕ ਨੇ ਗੁਰੇ ਹੀ ਫੇਰੇ ਹੋ ਨਹੀਂ ਤਾਂ ਤੁਸੀਂ ਇਹ ਮਾਸ ਦੀ ਬਹਿ ਸਾਡੇ ਨਾਲ ਛੇੜਨੀ ਹੀ ਨਹੀਂ ਸੀ ਤੇ ਅਜਹਿ ਬਚਨ ਬਿਨਾਸ ਫਜ਼ੂਲ ਬਚਨ ਨਹੀਂ ਸੀ ਬੋਲਣੇ ਹੁਣ ਪੜ੍ਹ ਲਓ ਦੂਜੇ ਸ਼ਲੋਕ ਨੂੰ ਨੰਬਰ 1 ਤੱਕ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੈ ਨੰਬਰ 2 ਕੌਣ ਮਾਸ ਕੌਣ Saab ਕਹਾਵੇ ਕਿਸ ਸਮੇਂ ਪਾਪ ਸਮਾਣੇ ਪੰਨਾ 1299 ਭਾਈ ਰਣਕੀਰ ਸਿੰਘ ਕਹਿੰਦੇ ਹਨ ਕਿ ਇਸ ਤੁਕ ਵਿੱਚ ਵੀ మాਸ ਖਾਣ ਦੀ ਆਗਿਆ ਨਹੀਂ ਉਪਦੇਸ਼ੀ ਗਈ ਕਿਸੇ ਨੇ ਠੀਕ ਆਖਿਆ ਹੈ ਕਿ ਮਰ ਗਏ ਤੇ ਮੁਕਰ ਗਏ ਦਾ ਕੋਈ दारू ਨਹੀਂ ਇਹ ਦੋ ਤੁਕਾਂ ਹਨ ਜਿਹੜੀਆਂ ਕਿ మాਸ ਵਿਰੋਧੀਆਂ ਤੇ ਸਿਧਾਂਤ ਨੂੰ ਚੱਕਣਾ ਚੂਰ ਕਰ ਦਿੰਦੀਆਂ ਹਨ ਇਹਨਾਂ ਵਿੱਚ మాਸ ਤੇ ਸਾਗ ਨੂੰ ਇੱਕੋ ਬੱਦਰ ਤੇ ਲੈ ਆਂਦਾ ਹੈ ਇਹ ਸਵਾਲ ਕੀਤਾ ਗਿਆ ਹੈ ਪੰਡਿਤ ਜੀ ਦੋ ਸੋ ਮਾਸ ਕੀ ਹੈ ਤੇ ਸਾਗ ਕੀ ਹੈ ਤੇ ਪਾਪ ਕਿਹੜੀ ਚੀਜ਼ ਵਿੱਚ ਵੜਿਆ ਹੋਇਆ ਹੈ ਸਾਨੂੰ ਤਾਂ ਦੋਵੇਂ ਚੀਜ਼ਾਂ ਸਾਗ ਤੇ ਮਾਸ ਇੱਕ ਸਮਾਨ ਹੀ ਦਿਸਦੀਆਂ ਹਨ ਕਿਸੇ ਚੀਜ਼ ਦੇ ਖਾਣ ਵਿੱਚ ਪਾਪ ਸਮਾਇਆ ਹੋਇਆ ਨਹੀਂ ਦਿਸਦਾ ਇੱਥੇ ਜਿਹੜੇ ਪੰਡਤ ਲੋਕ ਮਾਸ ਖਾਣ ਨੂੰ ਧਰਮ ਵਿਰੋਧ ਸਾਫਤ ਕਰ ਰਹੇ ਹਨ ਉਹਨਾਂ ਨੂੰ ਹੀ ਮੂਰਖ ਸਿੱਧ ਕਰ ਰਹੇ ਹਨ ਮੂਰਖਪੁਣੇ ਦਾ ਦਿਖਾਵਾ ਉਹਨਾਂ ਸੰਿਆਸੀਪਣ ਤਾਂ ਹੀ ਕੀਤਾ ਸੀ ਇਸੇ ਵਾਸਤੇ ਉਹ ਮਾਸ ਨਹੀਂ ਖਾਣਾ ਚਾਹੀਦਾ ਕਹ ਕੇ ਮੂਰਖਾ ਵਾਂਗੂ ਝਗੜ ਰਹੇ ਹਾਂ ਨੰਬਰ 3 ਗੈਂਡਾ ਮਾਰ ਹੋਮਜਗ ਕੀਏ ਦੇਵਤਿਆਂ ਕੀ ਬਾਣੇ ਨੰਬਰ 4 మాਸ ਛੋੜ ਬੈਸ ਨੱਕ ਪਕੜੇ ਰਾਤੀ ਮਾਂਸ ਖਾਣੇ ਪੰਨਾ 1299 ਇੱਥੇ ਮਾਂਸ ਸ਼ਬਦ ਦਾ ਅਰਥ ਭਾਈ ਸਾਹਿਬ మాਸ ਕਰਦੇ ਹਨ ਪਰ ਇਸ ਦਾ ਇਹੀ ਅਰਥ ਨਹੀਂ ਹੋ ਸਕਦਾ ਇਨ੍ਹਾਂ ਜੋੜਾਂ ਨਾਲ ਤਾਂ ਕਿਸੇ ਕੋਸ਼ ਤੇ ਤੇ ਨਾਮ ਗੁਰੂ ਦੇ ਕਿਸੇ ਗ੍ਰੰਥ ਤੋਂ ਇਸ ਦਾ ਅਰਥ ਮਾਸ ਸਿੱਧ ਹੋ ਸਕਦਾ ਇਹ ਹੈ ਭਾਈ ਸਾਹਿਬ ਦੀ ਪੂਰੀ ਪੂਰੀ ਮਨਮਤ ਅਤੇ ਕੂੜ ਕਬਾੜ ਮਾਨਸ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਵਾਰ ਆਇਆ ਹੈ ਪਰ ਕੋਈ ਇੱਕ ਵੀ ਐਸੀ ਟੋਕ ਨਹੀਂ ਮਿਲਦੀ ਜਿਸ ਤੋਂ ਮਾਨਸ ਸ਼ਬਦ ਦਾ ਅਰਥ ਮਾਸ ਸਾਫਤ ਹੋ ਸਕੇ ਇਸ ਅਸ਼ਵੱਦ ਦਾ 5 ਸਟਾਰਥ ਹੈ ਮਨੁੱਖ ਇਸ ਦੇ ਸਬੂਤ ਵਜੋਂ ਕੁਝ ਤੁਕਾਂ ਇੱਥੇ ਅੰਕਿਤ ਕੀਤੀਆਂ ਜਾਂਦੀਆਂ ਹਨ ਨੰਬਰ 1 ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਨੰਬਰ 2 ਜਿਸ ਕਾ ਕਾਰਜ ਤੈਨ ਹੀ ਕੀਆ ਮਾਨਸ ਕਿਆ ਵਿਚਾਰ ਨੰਬਰ 3 ਮਾਨੁਸ ਬੱਪਰਾ ਮੂਸਾ ਕੀਨੋ ਮੀਚ ਬਲਾਈ ਖਾਈ ਹੈ ਨੰਬਰ 4 ਜਿੰਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ ਨੰਬਰ 5 ਗੁਰਸੇਵਾ ਤੇ ਭਗਤ ਕਮਾਈ ਤਦ ਇਹ ਮਾਨਸ ਦੇਹੀ ਪਾਈ ਆਦਿਕ ਇੱਥੇ ਆ ਕੇ ਪੰਡਤਾਂ ਨੂੰ ਇਹ ਗੱਲ ਆਖੀ ਗਈ ਹੈ ਕਿ ਤੁਸੀਂ ਦੇਵਤਿਆਂ ਦੇ ਮਾਸ ਖਾਣ ਦੀ ਬਾਣ ਆਦਤ ਨੂੰ ਪੂਰੀ ਕਰਨ ਲਈ ਗੈਂੜਾ ਮਾਰ ਕੇ ਹੋਮ ਜਗ ਕਰਦੇ ਹੋ ਹਿੰਦੂਆਂ ਦੇ ਸਾਰੇ ਧਰਮ ਸ਼ਾਸਤਰ ਮੰਨਦੇ ਹਨ ਕਿ ਦੇਵਤੇ ਵੀ ਮਾਸ ਖਾਂਦੇ ਹਨ ਪਰ ਆਪ ਤੁਸੀਂ ਮਾਸ ਨੂੰ ਛੱਡ ਕੇ ਬੈਠ ਕੇ ਨੱਕ ਪਕੜ ਲੈਂਦੇ ਹੋ ਕਿ ਕਿਤੇ మాਸ ਦਾ ਮੁਸ਼ਕ ਨਾ ਆ ਜਾਵੇ ਪਰ ਰਾਤ ਨੂੰ ਤਾਂ ਮਨੁੱਖਾਂ ਨੂੰ ਹੀ ਖਾ ਜਾਂਦੇ ਹੋ ਭਾਵ ਕਿ ਪਰ ਇਸਤਰੀਆਂ ਨਾਲ ਝੱਖਾ ਵੀ ਮਾਰਦੇ ਤੇ ਲੋਕਾਂ ਦਾ ਧਨ ਮਾਲ ਲੁੱਟਣ ਦੇ ਮਨਸੂਬੇ ਵੀ ਰਾਤ ਨੂੰ ਬੰਦੇ ਹੋ ਨੰਬਰ 5 ਫੜ ਕੇ ਲੋਕਾਂ ਨੂੰ ਦਿਖਲਾਵੇਂ ਗਿਆਨ ਧਿਆਨ ਨਹੀਂ ਸੂਝੈ ਨਾਨਕ ਅੰਦੇ ਸਿਓਂ ਕਿਆ ਕਹੀਐ ਕਹੈ ਨਾ ਕਹਿਆ ਬੂਝੈ ਪੰਨਾ 1293 ਫੜ ਸ਼ਬਦ ਦਾ ਅਰਥ ਹੈ ਪਖੰਡ ਜਿਸ ਤਰ੍ਹਾਂ ਅੰਨ ਛੱਡ ਕੇ ਦੂਧਾਧਾਰੀ ਸਦਵਾਉਣ ਵਾਲੇ ਮਹਾਤਮਾ ਨੂੰ ਛੋੜੇ ਅੰਨ ਕਰੇ ਪਖੰਡ ਦੀ ਪਦਵੀ ਬਖਸ਼ੀ ਹੈ ਇਥੇ ਉਹ ਪਦਵੀ ਆਪਣੇ ਆਪ ਨੂੰ ਮਾਸ ਤਿਆਗੀ ਪ੍ਰਗਟ ਕਰਕੇ ਮਹਾਤਮਾ ਸਦਵਾਉਣ ਵਾਲੇ ਦੇਵਤਿਆਂ ਪੁਰਸ਼ਾਂ ਨੂੰ ਦਿੱਤੀ ਹੈ ਕਿਉਂਕਿ ਉਹ ਵੀ ਤਾਂ ਲੋਕਾਂ ਨੂੰ ਫੜ ਪਖੰਡ ਕਰਕੇ ਹੀ ਦਿਖਲਾਉਂਦੇ ਹਨ ਤੇ ਗਿਆਨ ਧਿਆਨ ਉਹਨਾਂ ਨੂੰ ਸੋਝਦਾ ਹੀ ਨਹੀਂ ਇਸ ਲਈ ਇਨਾ ਮਾਸ ਤਿਆਗ ਕੇ ਪਖੰਡ ਕਰਨ ਵਾਲੇ ਅੰਨੇ ਮਨੂਖਾਂ ਨੂੰ ਕੀ ਆਖੀਏ ਜਿਹੜੇ ਨਾ ਕੁਝ ਕਹਿਣ ਦੀ ਸਮਝ ਰੱਖਦੇ ਹਨ ਨਾ ਅਗਲੇ ਦੀ ਆਖੀ ਨੂੰ ਸਮਝ ਸਕਦੇ ਹਨ ਇਹ ਲੱਛਣ ਹਨ ਮੂਰਖਾਂ ਦੇ ਭਾਈ ਗੁਰਦਾਸ ਜੀ ਮੂਰਖ ਦੇ ਲੱਛਣ ਇਸ ਤਰ੍ਹਾਂ ਦੱਸਦੇ ਹਨ ਮੂਰਖ ਤਿਸ ਨੂੰ ਆਖੀਏ ਬੋਲ ਨਾ ਸਮਝੇ ਬੋਲ ਨਾ ਜਾਣੇ ਹੋਰੋਂ ਕਿਉਂ ਕਰ ਪੁੱਛੀਏ ਹੋਰੋਂ ਕਿਉਂ ਕਰ ਆਖ ਵਿਖਾਣੇ ਸੋ ਇਥੇ ਫੜ ਕਰ ਲੋਕਾਂ ਨੂੰ ਦਿਖਲਾਵੇਂ ਕੇਵਲ ਮਾਸ त्याਗੀ ਗੁਰਮਖਾਂ ਨੂੰ ਹੀ ਆਖਿਆ ਗਿਆ ਹੈ ਮਾਸ ਖਾਣ ਵਾਲਿਆਂ ਨੂੰ ਤਾਂ ਪਖੰਡ ਕਰਨ ਦੀ ਲੋੜ ਹੀ ਨਹੀਂ ਪੈਂਦੀ ਜਿਸ ਨੇ ਚੋਰੀ ਨਹੀਂ ਕਰਨੀ ਉਸ ਨੂੰ ਝੂਠ ਬੋਲਣ ਦੀ ਕੀ ਲੋੜ ਹੈ ਕਿਉਂਕਿ ਉਸ ਨੂੰ ਮਾਸ ਖਾਂਦਿਆਂ ਵੇਖ ਕੇ ਕਿਸੇ ਨੇ 108 ਸ੍ਰੀ ਸੰਤ ਜੀ ਮਹਾਰਾਜ ਤਾਂ ਆਖਣਾ ਨਹੀਂ ਤੇ ਨਾ ਕਿਸੇ ਨੇ ਉਹਨਾਂ ਦੀ ਚਰਨੀ ਹੱਥ ਹੀ ਲਾਉਣਾ ਹੈ ਉਹ ਰਾਖਸ਼ ਜੂ ਹੋਏ ਉਹ ਮਾਸ ਤਾਂ ਉਦੋਂ ਹੀ ਛੱਡਣਗੇ ਜਦੋਂ ਉਹਨਾਂ ਦੇ ਮਨ ਵਿੱਚ ਇਹ ਫੁਰਨਾ ਫਰੇਗਾ ਕਿ ਅਸੀਂ ਵੀ ਗੁਰੂ ਬਣ ਕੇ ਲੋਕਾਂ ਪਾਸੋਂ ਪੈਰ ਪੁਜਵਾ ਸਕੀਏ ਫੜ ਸ਼ਬਦ ਦਾ ਅਰਥ ਭਾਈ ਰਣਜੀਤ ਸਿੰਘ ਜੀ ਫੜ ਕੇ ਪਕੜ ਕੇ ਦਾ ਕਰਦੇ ਹਨ ਜੋ ਕਿ ਸਰਾਸਰ ਅਨਰਥ ਹੈ ਹਰ ਇੱਕ ਕੋਸ਼ ਵਿੱਚ ਇਸ ਦਾ ਅਰਥ ਪਖੰਡ ਕੀਤਾ ਗਿਆ ਹੈ ਸਾਰੇ ਟਿਕਾਕਾਰ ਵੀ ਫੜ ਦਾ ਅਰਥ ਪਖੰਡ ਹੀ ਕਰਦੇ ਹਨ ਭਾਈ ਸਾਹਿਬ ਜੀ ਇਸ ਤੋਂ ਡਰਦੇ ਹਨ ਕਿ ਪਖੰਡ ਦਾ ਸਰੂਪਾ ਕਿਤੇ ਸਾਨੂੰ ਹੀ ਨਾ ਮਿਲ ਜਾਵੇ ਇਸ ਦੇ ਅਰਥ ਫੜ ਕੇ ਕਰਦੇ ਹਨ ਜਿਹੜੇ ਵਿਆਕਰਨਿਕ ਨਿਜਮਾ ਵਿੱਚ ਗੁਰੂ ਬਾਣੀ ਲਿਖੀ ਗਈ ਹੈ ਉਹਨਾਂ ਅਨੁਸਾਰ ਫੜਦਾ ਅਰਥ ਫੜ ਕੇ ਪਕੜ ਕੇ ਨਹੀਂ ਹੋ ਸਕਦਾ ਪਰ ਇਸ ਦੀ ਛੱਟ ਉਹਨਾਂ ਦੇ ਆਪਣੇ ਸਿਰ ਤੇ ਪੈਂਦੀ ਸੀ ਇਸ ਵਾਸਤੇ ਉਹਨਾਂ ਇਹ ਜਾਣ ਬੁੱਝ ਕੇ ਗਲਤ ਅਰਥ ਕੀਤਾ ਹੈ ਜਿੱਥੋਂ ਤੱਕ ਨੱਕ ਦੇ ਫੜਨ ਦਾ ਸਵਾਲ ਹੈ ਇਸ ਤੋਂ ਪਹਿਲੀ ਤੱਕ ਮਾਸ ਛੋੜ ਬੈਸ ਨੱਕ ਪਕੜੇ ਵਿੱਚ ਫੜਾ ਚੁੱਕੇ ਹਨ ਇਸ ਲਈ ਦੂਜੀ ਵੇਰ ਫੇਰ ਨੱਕ ਫੜਾਉਣ ਦਾ ਕੋਈ ਮਤਲਬ ਨਹੀਂ ਸੀ ਜਿਹੜਾ ਪੂਰਵ ਪੂਰਨ ਕਾਰਦੰਤਕ ਦਾ ਨਿਜਮ ਗੁਰਬਾਣੀ ਵਿੱਚ ਵਰਤਿਆ ਗਿਆ ਹੈ ਉਹ ਇਸ ਤੋਂ ਸਿੱਧ ਨਹੀਂ ਹੁੰਦਾ ਗੁਰਬਾਣੀ ਵਿੱਚ ਜਿੱਥੇ ਪੂਰਵ ਪੂਰਨ ਕਾਰਦੰਤਕ ਦੀ ਲੋੜ ਪਈ ਹੈ ਉਥੇ ਕੇ ਸ਼ਬਦ ਦੀ ਥਾਂ ਧਾਤੂ ਦੇ ਅੰਤ ਵਿੱਚ ਸਿਹਾਰੀ ਵਰਤੀ ਗਈ ਹੈ ਜਿਸ ਦੀ ਸਬੂਤੀ ਮਾਸ ਛੋੜ ਬੈਸ ਨੱਕ ਪਕੜੇ ਤੂੰ ਹੀ ਹੋ ਜਾਂਦੀ ਹੈ ਦੂਰ ਜਾਣ ਦੀ ਲੋੜ ਨਹੀਂ ਛੋੜ ਛੋੜ ਰੇ ਬੈਠ ਬੈਠ ਕੇ ਜੇ ਇਥੇ ਇਸ ਦਾ ਅਰਥ ਫੜ ਕੇ ਹੁੰਦਾ ਤਾਂ ਇਸ ਦਾ ਰੂਪ ਫਫਾ ਡਾੜੇ ਸਿਆਰੀ ਫੜ ਹੋਣਾ ਸੀ ਜਿਹਾ ਕਿ ਅਜ਼ਰਾਈਲ ਫੜੇ ਫੜ ਕੁੱਠੇ ਮਾਰੂ ਮਹੱਲਾ ਪੰਜਵਾ ਪ੍ਰਭ ਦਾਸ ਦਾ ਦੁੱਖ ਨਾ ਖਾ ਬ ਸਕੇ ਫੜ ਜੋਨੀ ਜੁੱਤੇ ਪੰਨਾ 524 ਇਸ ਤਰ੍ਹਾਂ ਦੇ ਸਬੂਤ ਤੁਹਾਨੂੰ ਕਈਆਂ ਤੁਕਾਂ ਤੋਂ ਮਿਲਣਗੇ ਜਿਵੇਂ ਕਿ ਖੜ ਖੜ ਕੇ ਪੁੱਛ ਪੁੱਛ ਕੇ ਕਹਿ ਕਹਿ ਕੇ ਮਾਰ ਮਾਰ ਕੇ ਦੇਖ ਦੇਖ ਕੇ ਉਠ ਠੁਟ ਕੇ ਖੋਜ ਖੋਜ ਕੇ ਭਾਵ ਇੱਕ ਸਿਆਰੀ ਨਾਲ ਇੱਕ ਸਿਆਰੀ ਰਹਿਤ ਮੇਰਾ ਭਾਈ ਸਾਹਿਬ ਦੇ ਮੁਤਲਕ ਇਹ ਖਿਆਲ ਤਾਂ ਉਹਨਾਂ ਦੀ ਇਹ ਕਿਤਾਬ ਪੜ੍ਹ ਕੇ ਹੀ ਹੋ ਗਿਆ ਸੀ ਕਿ ਉਹ ਕੋਈ ਬਹੁਤੇ ਸਿਆਣੇ ਪੁਰਸ਼ ਨਹੀਂ ਸਨ ਪਰ ਉਹਨਾਂ ਦੇ ਇਮਾਨ ਤੇ ਮੈਨੂੰ ਕਦੇ ਸ਼ੱਕ ਨਹੀਂ ਸੀ ਪਿਆ ਪਰ ਇਥੇ ਮਾਨਸ ਦਾ మాਸ ਤੇ ਫੜ ਦਾ ਫੜ ਕੇ ਅਰਥ ਕਰਨਾ ਉਹਨਾਂ ਦਾ ਸਾਇਤਕ ਤੌਰ ਤੇ ਇਮਾਨਦਾਰ ਹੋਣਾ ਸਾਬਤ ਨਹੀਂ ਕਰਦਾ ਰੇਂਦੀ ਕਸਰ ਉਹਨਾਂ ਭੰਗਾ ਤੇ ਭਾਂਗ ਦਾ ਅਰਥ ਮਾਸ ਕਰਕੇ ਕੱਢ ਦਿੰਦੀ ਹੈ ਨੰਬਰ 7 ਅੰਦਾ ਸੋਏ ਜੇ ਅੰਧ ਕਮਾਵੇ ਤਿਸ ਰਿਦੈ ਸੇ ਲੋਚਨ ਨਹੀਂ ਨੰਬਰ 8 ਮਾਤ ਪਿਤਾ ਕੀ ਰક્ત ਨਿਭੰਨੇ ਮੱਛੀ ਮਾਸ ਨਾ ਖਾਹੀ ਅੰਨਾ 1299 ਪ੍ਰਤੀਤ ਹੁੰਦਾ ਹੈ ਕਿ ਇਸ ਵੇਲੇ ਮਹਾਰਾਜ ਇਤਨੇ ਜੋਸ਼ ਵਿੱਚ ਆ ਗਏ ਹਨ ਕਿ ਉਹਨਾਂ ਲਈ ਕਰੜੇ ਤੋਂ ਕਰੜੇ ਸ਼ਬਦਾਂ ਦੀ ਵਰਤੋਂ ਕਰਨ ਲੱਗ ਪਏ ਹਨ ਉਹਨਾਂ ਨੂੰ ਸਾਫ਼ ਤੌਰ ਤੇ ਕਹਿ ਰਹੇ ਹਨ ਕਿ ਜਿਹੜਾ ਤੁਸੀਂ ਮਾਸ ਨਾ ਖਾਣਾ ਧਰਮ ਮੰਨ ਲਿਆ ਹੈ ਅੰਧਾਪਨ ਹੈ ਤੁਹਾਡੀਆਂ ਅੰਦਰ ਦੀਆਂ ਅੱਖਾਂ ਨਹੀਂ ਹਨ ਨਹੀਂ ਤਾਂ ਤੁਸੀਂ ਇਹ ਦੱਸੋ ਕਿ ਜਿਹੜੇ ਇਨਸਾਨ ਮਾਤਾ ਪਿਤਾ ਦੀ ਮਹਾ ਪਵਿੱਤਰ ਰક્ત ਬਿੰਦ ਤੋਂ ਪੈਦਾ ਹੋਏ ਹਨ ਉਹ ਮੱਛੀ ਮਾਸ ਨੂੰ ਕਿਵੇਂ ਅਪਵਿੱਤਰ ਸਮਝਦੇ ਹਨ ਇਸੇ ਉੱਤੇ ਭਾਈ ਰਣ ਧੀਰ ਸਿੰਘ ਦੀ ਵਿਆਖਿਆ ਮਾਤ ਪਿਤਾ ਦੀ ਰક્ત ਤੋਂ ਸਰੀਰ ਦੇ ਨਿਪਜੇ ਜਾਣ ਦੀ ਦਲੀਲ ਦੇ ਕੇ ਮੱਛੀ ਮਾਸ ਦਾ ਹੜੱਪ ਕਰ ਜਾਣਾ ਜਾਇਜ਼ ਹੈ ਤਾਂ ਇਸ ਦਲੀਲ ਅਨੁਸਾਰ ਸਰੀਰ ਦੇ ਨਿਪਜਾਉਣ ਵਾਲੇ ਰਿਤੂ ਬੀਜ ਆਦਕ ਧਾਤੂਆਂ ਦਾ ਸੜਕ ਜਾਣਾ ਪਹਿਲੇ ਪ੍ਰਮਾਣ ਕਰਨਾ ਪਵੇਗਾ ਸਰੀਰ ਦੇ ਸੱਬੇ ਧਾਤੂ ਰਸ ਰੁਦਰ ਮਾਸ ਚਰਬੀ ਮੇਦ ਅਸਧ ਅਤੇ ਮਿਜ ਆਦ ਸਭ ਭਕਸ਼ਨ ਕਰਨੇ ਪੈਣਗੇ ਭਖ ਅਪਖ ਦੇ ਭੇਦ ਭੰਗ ਵੱਲੋਂ ਨਿਸੰਗ ਹੋਣਾ ਪਵੇਗਾ ਅਤੇ ਸਰਬ ਮਲ ਭਖੀ ਬਣਨਾ ਪਵੇਗਾ ਆਦ ਗੁਰਮੁਖੋ ਗੁਰੂ ਜੀ ਮਨੁੱਖਾਂ ਨੂੰ ਮਨੁੱਖਾਂ ਦਾ ਖਾਣਾ ਨਹੀਂ ਸਿੱਧ ਕਰਦੇ ਉਹ ਤਾਂ ਜੀਵਾਂ ਦੇ ਇਨ੍ਹਾਂ ਚੀਜ਼ਾਂ ਦੇ ਬਣੇ ਹੋਏ ਸਰੀਰ ਲਈ ਜੋ ਜਾਨਵਰ ਲਾਂਬੇ ਤੁਰੇ ਫਿਰਦੇ ਹਨ ਉਹਨਾਂ ਦਾ ਹੀ ਵਿਧਾਨ ਸਿੱਧ ਕਰ ਰਹੇ ਹਨ ਇਸ ਦੇ ਵਾਸਤੇ ਉਹਨਾਂ ਜੀਵਾਂ ਦੇ ਮਾਸ ਚਰਬੀ ਮੇਦ ਅਸਬ ਮਿਜ ਸਭ ਕੁਦਰਤੀ ਆਹਾਰ ਹਨ ਜਿਸ ਤਰੀਕੇ ਨਾਲ ਬਲਾਸਪਤੀ ਨੂੰ ਯਤਨ ਨਾਲ ਮਨੁੱਖ ਆਪਣਾ ਆਹਾਰ ਬਣਾਉਂਦਾ ਹੈ ਉਸੇ ਤਰ੍ਹਾਂ ਮਾਸ ਨੂੰ ਵੀ ਬਣਾ ਲੈਂਦਾ ਹੈ ਇਸ ਵਿੱਚ ਕੁਦਰਤ ਦੀ ਕੋਈ ਟੰਗ ਨਹੀਂ ਟੁੱਟ ਪੈਂਦੀ ਜਿਹੜੀ ਚੀਜ਼ ਕਿਸੇ ਜੀਵ ਦੀ ਕੁਦਰਤੀ ਖੁਰਾਕ ਨਹੀਂ ਉਸ ਵਿੱਚ ਉਸ ਦੀ ਰੁਚੀ ਨਹੀਂ ਹੋ ਸਕਦੀ ਮਾਤਾ ਪਿਤਾ ਦੀ ਰਕਤ ਜਿਸ ਪਰਯੋਜਨ ਲਈ ਬਣੀ ਹੋਈ ਹੈ ਉਸ ਦੀ ਵਰਤੋਂ ਉਸੇ ਤਰ੍ਹਾਂ ਹੀ ਹੋਣੀ ਹੈ ਉਹ ਖਾਣ ਦਾ ਕੋਟਾ ਪੂਰਾ ਕਰਨ ਲਈ ਨਹੀਂ ਮਨੁੱਖ ਦੇ ਖਾਣ ਦਾ ਕੋਟਾ ਪੂਰਾ ਕਰਨ ਲਈ ਹੀ ਕੁਦਰਤ ਨੇ ਲੱਖਾਂ ਜੀਵ ਤੇ ਬਨਸਪਤੀ ਪੈਦਾ ਕੀਤੀ ਹੈ ਹੈਨ ਦੋਵੇਂ ਚੀਜ਼ਾਂ ਜੀਵ ਹੀ ਤਾਈਏ ਤਾਂ ਜੀ ਕਾ ਆਹਾਰ ਜੀ ਖਾਣਾ ਹੀ ਕਰੇ ਕਥਨ ਕੀਤਾ ਹੈ ਇਹ ਅਟਲ ਨਿਯਮ ਹੈ ਸੋ ਮਾਤਾ ਪਿਤਾ ਦੀ ਰક્ત ਖਾਣ ਪੀਣ ਦੇ ਤੌਰ ਤੇ ਅਪੱਖ ਹੈ ਪਰ ਇਸ ਅਪੱਖ ਵਸਤੂ ਤੋਂ ਪੈਦਾ ਹੋਏ ਮਨੁੱਖ ਵਾਸਤੇ ਮੱਛੀ ਜੋ ਉਸ ਤੋਂ ਅਪਵਿੱਤਰ ਨਹੀਂ ਦਾ ਖਾਣਾ ਅਪੱਖ ਕਿਵੇਂ ਹੋ ਸਕਦਾ ਹੈ ਭਾਈ ਰਣਕੀਰ ਸਿੰਘ ਜੀ ਗੁਰੂ ਜੀ ਵੱਲੋਂ ਪ੍ਰਤੱਖ మాਸ ਦੀ ਸਿੱਧੀ ਲਈ ਦਿੱਤੀਆਂ ਦਲੀਲਾਂ ਦਾ ਹੀ ਖੰਡਨ ਕਰੀ ਜਾਂਦੇ ਹਨ ਇੱਥੇ ਕਿਸੇ ਜਿਉਂਦੇ ਜਾਗਦੇ ਤੇ ਤੁਰੇ ਫਿਰਦੇ మాਸ ਦੀ ਸ਼ੂਤ ਤੋਂ ਝਗੜਾ ਨਹੀਂ ਤੁਰਿਆ ਸਾਰੀ ਗੱਲ ਤਾਂ ਮੋਢ ਉਹ ਮਾਸ ਹੈ ਜਿਸ ਨੂੰ ਮਨੁੱਖ ਖਾਂਦੇ ਹਨ ਤੇ ਵੱਢ ਟੋਕ ਕੇ ਦੀਗ ਵਿੱਚ ਪਾਇਆ ਗਿਆ ਹੈ ਨੰਬਰ 9 ਇਸਤਰੀ ਪੁਰਖ ਹੈ ਜਾਂ ਇਸ ਮੇਲਾ ਉਥੇ ਮੰਦ ਕਮਾਹੀ ਪੰਨਾ 1289 ਭਾਈ ਰਣਧੀਰ ਸਿੰਘ ਇਸ ਦੀ ਛਾਣਬੀਣ ਇਸ ਤਰ੍ਹਾਂ ਕਰਦੇ ਹਨ ਉਥੇ ਭੋਗ ਵਿਲਾਸ ਗ੍ਰਸਤ ਕਰਦੇ ਹਨ ਉਥੇ ਕੋਈ ਇੱਕ ਦੂਜੇ ਦਾ ਮਾਸਤਾ ਨਹੀਂ ਵੱਡ-ਵੱਡ ਖਾਂਦੇ ਇੱਕ ਦੂਜੇ ਨੂੰ ਚਟਦੇ ਚੁੰਮਦੇ ਹੋਣਗੇ ਗਲਾਚੀ ਖਾਂਦੇ ਤਾਂ ਨਹੀਂ ਭਾਵੇਂ ਉਹ ਪ੍ਰਤੀਤ ਹੁੰਦਾ ਹੈ ਕਿ ਮਾਸ ਦੇ ਨਾਮ ਮਾਤਰ ਤੋਂ ਨਫ਼ਰਤ ਨਹੀਂ ਚਾਹੀਦੀ ਜੇ ਮਾਸ ਦੇਖਣ ਚਾਖਣ ਪਰਸਣ ਛੋਣ ਤੋਂ ਹੀ ਕਿਰਣਾ ਹੈ ਤਾਂ ਚੁੰਮਿਆ ਛਟਿਆ ਵੀ ਤਾਂ ਮਾਸ ਹੀ ਜਾਂਦਾ ਹੈ ਉਹ ਕਿਉਂ ਚੁੰਮਦੇ ਛਟਦੇ ਹਨ ਕਿਉਂ ਮਾਸ ਨਹੀਂ ਬਸ ਮਾਸ ਦੀ ਫੋਕੀ ਕਿਰਣਾ ਮਈ ਪਖੰਡ ਕਿਰਿਆ ਦਾ ਹੀ ਇੱਥੇ ਖੰਡਨ ਹੈ ਮੰਡਨ ਮਈ ਉਪਦੇਸ਼ ਇੱਥੇ ਵੀ ਨਹੀਂ ਇਸ ਤੇ ਵਿਚਾਰ ਇੱਥੇ ਉਸ ਮਾਸ ਦਾ ਝਗੜਾ ਹੈ ਜਿਹੜਾ ਪ੍ਰਤੱਖ ਸਾਹਮਣੇ ਹੈ ਤੇ ਜਿਸ ਦੇ ਉੱਤੇ ਪੰਡਤ ਜਨ ਸ਼ੰਕਾਵਾਨ ਹੋਏ ਹਨ ਨੰਬਰ 1 ਇੱਥੇ ਗੁਰੂ ਜੀ ਕਿਸੇ ਨੂੰ ਚੁੰਮ ਚাট ਨਹੀਂ ਰਹੇ ਜਿਸ ਤੇ ਪੰਡਤਾਂ ਇਤਰਾਜ਼ ਕੀਤਾ ਹੋਵੇ ਤੇ ਉਹਨਾਂ ਅੱਗੋਂ ਜਵਾਬ ਦਿੱਤਾ ਹੋਵੇ ਕਿ ਤੁਸੀਂ ਵੀ ਤਾਂ ਚੁੰਮਦੇ ਛੱਟਦੇ ਹੀ ਹੋ ਨੰਬਰ 2 ਗੁਰੂ ਜੀ ਇੱਥੇ ਕਿਸੇ మాਸ ਦੀ ਛੂਤ-ਚਾਤ ਜਾਂ ਦੇਖਣ-ਚਾਖਣ ਤੋਂ ਨਫ਼ਰਤ ਕਰਨ ਵਾਲੇ ਨੂੰ ਉਪਦੇਸ਼ ਨਹੀਂ ਦੇ ਰਹੇ ਰਾੜੇ ਵਾਲੇ మాਸ ਤੋਂ ਨਫ਼ਰਤ ਕਰਨ ਵਾਲਿਆਂ ਦੀ ਖੰਭ ਠਾਪ ਰਹੇ ਹਨ ਨੰਬਰ 3 ਪੰਡਤ ਪ੍ਰਤਾਖ ਮਾਸ ਤੋਂ ਨਫ਼ਰਤ ਕਰ ਰਹੇ ਹਨ ਫੋਕੀ ਕਿਰਣਾਮਈ ਪਖੰਡ ਕਿਰਿਆ ਦਾ ਕੋਈ ਕਾਰਨ ਨਹੀਂ ਨੰਬਰ 4 ਇਸ ਤਰ੍ਹਾਂ ਮਨੁੱਖ ਇਸਤਰੀਆਂ ਨੂੰ ਆਪਣੇ ਚਸਕੇ ਦੇ ਅਧੀਨ ਚੁੰਮ ਦੇ ਛੱਟਦੇ ਹਨ ਖਰਨ ਦੇ ਮਾਸ ਦਾ ਚਸਕਾ ਉਸ ਤੋਂ ਵਧੇਤ ਨਹੀਂ ਨੰਬਰ 5 ਗੁਰੂ ਜੀ ਇਸਤਰੀਆਂ ਦਾ ਚੁੰਮਣਾ ਛੱਟਣਾ ਵੀ ਮਾਸ ਖਾਣ ਦਾ ਇੱਕ ਅਸੂਲ ਕਥਨ ਕਰ ਰਹੇ ਹਨ ਨੰਬਰ 6 ਇਸ ਦੇ ਵਿਰੁੱਧ ਦਲੀਲਾਂ ਦੇ ਕੇ ਗੁਰੂ ਨਾਨਕ ਦੇ ਸਿਧਾਂਤ ਨੂੰ ਖੰਡਨ ਕਰੀ ਜਾਂਦੇ ਹਨ ਜਿਸ ਦੀ ਭਾਈ ਰਣਧੀਰ ਸਿੰਘ ਨੂੰ ਸਮਝ ਨਹੀਂ ਪਈ ਇੱਥੇ ਸਾਹਮਣੇ ਰੇਜਰੇ ਮਾਸ ਦਾ ਝਗੜਾ ਚੱਲਿਆ ਹੋਇਆ ਹੈ ਇਹਨਾਂ ਸਾਰੇ ਦ੍ਰਿਸ਼ਟਾਂਤਾਂ ਨੂੰ ਮਾਸ ਦੀ ਤੁਲਨਾ ਕਰਕੇ ਪ੍ਰਤੱਖ ਮਾਸ ਦੇ ਖਾਣ ਵਿੱਚ ਫੈਸਲਾ ਦੇਣਾ ਪਰ ਅਫਸੋਸ ਇਹ ਗੱਲ ਦਾ ਹੈ ਕਿ ਭਾਈ ਰਣਧੀਰ ਸਿੰਘ ਆਪ ਉਸ ਬਹਿਸ ਵੇਲੇ ਹਰ ਖੇਤਰ ਵਿੱਚ ਨਾਨੂ ਪੰਡਤ ਦੇ ਰੂਪ ਵਿੱਚ ਹਾਜ਼ਰ ਨਹੀਂ ਸਨ ਨਹੀਂ ਤਾਂ ਇਹੋ ਦਲੀਲਾਂ ਦੇ ਕੇ ਗੁਰੂ ਜੀ ਨੂੰ ਨਾਲੋਂ ਨਾਲ ਝੂਠੀਆਂ ਕਰੀ ਜਾਂਦੇ ਤੇ ਹਰ ਤੁਕ ਦੇ ਬਾਅਦ ਆਖੀ ਜਾਂਦੇ ਜੀ ਇਹਨਾਂ ਤੋਂ ਮਾਸ ਕਾਣ ਦਾ ਵਿਧਾਨ ਸਿੱਧ ਨਹੀਂ ਹੁੰਦਾ ਆਪ ਸਿੱਧੀ ਪੱਧਰੀ ਗੱਲ ਨੂੰ ਪੁੱਠਾ ਕਰਨ ਦਾ ਯਤਨ ਕਰਦੇ ਹਨ ਨੰਬਰ 7 ਮਾਸੂ ਨਿਮੇ ਮਾਸੂ ਜੰਮੇ ਹਮ ਮਾਸੇ ਕੇ ਭਾਂਡੇ ਨੰਬਰ 8 ਗਿਆਨ ਧਿਆਨ ਕਛ ਸੂਝੇ ਨਹੀਂ ਚਤੁਰ ਕਹਾਵੇਂ ਪਾਂਡੇ ਪੰਨਾ 1289 ਇੱਥੇ ਇਹ ਗੱਲ ਸਿੱਧ ਕਰਨ ਦੀ ਲੋੜ ਨਹੀਂ ਸੀ ਕਿ ਮਨੁੱਖ ਦੀ ਉਤਪਤੀ ਕਦੋਂ ਹੋਈ ਹੈ ਪੰਡਤਾਂ ਦਾ ਇਹ ਪ੍ਰਸ਼ਨ ਹੀ ਨਹੀਂ ਸੀ ਇਤਰਾਜ਼ మాਸ ਉੱਤੇ ਹੈ ਗੁਰੂ ਜੀ ਕਹਿ ਰਹੇ ਹਨ ਕਿ ਮਨੁੱਖ మాਸ ਤੋਂ ਜਮਿਆ మాਸ ਤੋਂ ਨਿਮਿਆ మాਸ ਦਾ ਹੀ ਇਹ ਭਾਂਡਾ ਹੈ ਤੇ ਇਸ ਦੇ ਵਿੱਚ మాਸ ਹੀ ਆ ਕੇ ਪੈਣਾ ਹੈ ਇਸ మాਸ ਦਾ ਭਾਂਡਾ ਬੱਕਰੇ ਆਦਕਾਂ ਦੇ మాਸ ਨਾਲ ਹੀ ਭਰਿਆ ਜਾਣਾ ਇਸ ਲਈ ਇਸ ਲਈ ਇਸ ਸਾਡੇ ਸਰੀਰ ਰੂਪੀ ਭਾਂਡੇ ਨੂੰ ਕੋਈ ਭੇਟ ਨਹੀਂ ਚੜ ਚਲੀ ਇਸ ਉੱਤੇ ਇੱਕ ਦ੍ਰਿਸ਼ਟਾਂਤ ਇੱਕ ਵਾਰ ਇੱਕ ਆਦਮੀ ਜੋ ਕਿ ਜਾਤੀ ਕਰਕੇ ਬ੍ਰਾਹਮਣ ਸੀ ਕਿਸੇ ਖੂਹ ਤੇ ਚਲਿਆ ਗਿਆ ਅੱਗੋਂ ਇੱਕ ਆਦਮੀ ਬੋਕੇ ਨਾਲ ਪਾਣੀ ਭਰ ਰਿਹਾ ਸੀ ਬ੍ਰਾਹਮਣ ਨੂੰ ਤੇਹ ਲੱਗੀ ਹੋਈ ਸੀ ਉਹ ਕਹਿਣ ਲੱਗਾ ਕਿ ਭਾਈ ਜੀ ਮੈਨੂੰ ਜਲ ਛਕਾ ਦਿਓ ਪਾਣੀ ਭਰਨ ਵਾਲੇ ਨੇ ਸਮਝਿਆ ਕਿ ਇਹ ਵੈਸ਼ਨੋ ਪੰਡਿਤ ਮਾਲੂਮ ਹੁੰਦਾ ਹੈ ਸ਼ਾਇਦ ਬੋਕੇ ਦਾ ਪਾਣੀ ਨਾ ਪੀਵੇ ਉਹ ਕਹਿਣ ਲੱਗਾ ਕਿ ਮਹਾਰਾਜ ਜੀ ਮੈਂ ਤਾਂ ਬੋਕੇ ਨਾਲ ਪਾਣੀ ਪਿਆਂ ਭਰਦਾ ਹਾਂ ਜੋ ਚੰਮਦਾ ਹੈ ਅਗੋਂ ਪੰਡਤ ਜੀ ਨੇ ਜਵਾਬ ਦਿੱਤਾ ਕਿ ਮੈਂ ਵੀ ਚੰਮਦੇ ਬੋਕੇ ਸਰੀਰ ਵਿੱਚ ਹੀ ਪਾਉਣਾ ਹੈ ਗੁਰੂ ਜੀ ਦਾ ਹਮਾਸੇ ਕੇ ਭਾਂਡੇ ਕਹਿਣ ਦਾ ਭਾਵ ਵੀ ਇਹੋ ਹੀ ਸੀ ਕਿ ਬੱਕਰੇ ਆਦਕ ਦੇ ਮਾਸ ਨੇ ਵੀ ਤਾਂ ਇਸ ਮਾਸ ਦੇ ਭਾਂਡੇ ਸਰੀਰ ਵਿੱਚ ਹੀ ਪੈਣਾ ਹੈ ਨੰਬਰ 9 ਬਾਹਰ ਕਾ ਮਾਸ ਮੰਦਾ ਸੁਆਮੀ ਘਰ ਕਾ ਮਾਸ ਚੰਗੇਰਾ ਨੰਬਰ 10 ਜੀ ਜੰਤ ਸਭ ਮਾਸੋਂ ਹੋਏ ਜੀ ਲਿਆਂ ਬਸੇਰਾ ਨੰਬਰ 11 ਅਪੱਖ ਭਖ ਭਖ ਤੱਜ ਛੋੜੈ ਅੰਧ ਗੁਰੂ ਜਿਨ ਕੇਰਾ ਪੰਨਾ 1290 ਇੱਥੇ ਗੁਰੂ ਜੀ ਪ੍ਰਸ਼ਨ ਕਰਦੇ ਹਨ ਕਿ ਭਲਾ ਦੱਸੋ ਪੰਡਿਤ ਜੀ ਇਹ ਕੀ ਕੇ ਬਾਹਰੋਂ ਲਿਆਂਦਾ ਹੋਇਆ ਹਰੰਦਾ ਮਾਸ ਮਾੜਾ ਤੇ ਘਰ ਦਾ ਵਰਤਿਆ ਮਾਸ ਚੰਗਾ ਫਿਰ ਸਾਰੇ ਜੀ ਜੰਤ ਮਾਸ ਤੋਂ ਹੀ ਪੈਦਾ ਹੋਏ ਹਨ ਜਿੰਦ ਨੇ ਮਾਸ ਵਿੱਚ ਹੀ ਡੇਰਾ ਲਾਇਆ ਹੋਇਆ ਸੋ ਜਿਨ੍ਹਾਂ ਨੂੰ ਰਾਹ ਦੱਸਣ ਵਾਲਾ ਆਪ ਨਾ ਹੈ ਉਹ ਨਾ ਖਾਣਯੋਗ ਚੀਜ਼ ਭਾਵ ਪਰਾਇ ਹੱਕ ਤਾਂ ਖਾਂਦੇ ਹਨ ਤੇ ਖਾਣਯੋਗ ਚੀਜ਼ ਭਾਵ ਜਿਸ ਚੀਜ਼ ਤੋਂ ਜ਼ਿੰਦਗੀ ਦਾ ਮੋੜ ਵੱਜਾ ਉਸ ਮਾਸ ਨੂੰ ਛੱਡੀ ਫਿਰਦੇ ਹਨ ਇਨ੍ਹਾਂ ਤੁਕਾਂ ਦੇ ਅਰਥਾਂ ਵਿੱਚ ਝੰਬੇਲਾ ਪਾਉਣ ਲਈ ਭਾਈ ਰਣਧੀਰ ਸਿੰਘ ਨੇ ਬਹੁਤ ਸਾਰੀ ਬੇਅਰਥ ਵਾਰਤਕ ਲੇਖ ਮਾਰੀ ਅਸੀਂ ਉਸ ਰੋਲ ਕਚੋਲੇ ਨੂੰ ਛੱਡ ਕੇ ਸਿੱਧੀ ਗੱਲ ਕਰਦੇ ਹਾਂ ਕਿ ਚਰਚਾ ਗੁਰੂ ਜੀ ਦੁਆਰਾ ਦੇਗ ਵਿੱਚ ਧਰੇ ਹੋਏ ਮਾਸ ਰੂਪੀ ਪੱਖ ਤੋਂ ਚੱਲ ਰਹੀ ਹੈ ਪੰਡਤਾਂ ਦਾ ਪੱਖ ਉਸ ਨੂੰ ਅਪੱਖ ਸਾਬਤ ਕਰਨਾ ਸੀ ਇਸ ਲਈ ਕਿਸੇ ਵੀ ਵਿੰਗੇ ਡੇਢੇ ਤਰੀਕੇ ਨਾਲ ਇਸ ਨਿਸ਼ਾਨੇ ਤੋਂ ਉਖੜਿਆ ਨਹੀਂ ਜਾ ਸਕਦਾ ਅਪੱਖ ਦਾ ਨਿਰਣਾ ਰਾਤੀ ਮਾਨਸ ਖਾਣੇ ਵਾਲੀ ਟੋਕ ਵਿੱਚ ਸਪਸ਼ਟ ਕਰ ਦਿੱਤਾ ਹੈ ਬਾਹਰ ਦਾ మాਸ ਬੱਕਰੇ ਤੇ ਹਰਨ ਆਦਕ ਦਾ మాਸ ਤੇ ਘਰ ਦਾ మాਸ ਜਿਹੜਾ ਮੁੱਢ ਤੋਂ ਚਲਿਆ ਆ ਰਹੀਆਂ ਤੁਕਾਂ ਵਿੱਚ ਵਰਣਨ ਕੀਤਾ ਹੈ ਤੇ ਜਿਸ ਦੀ ਵਰਤੋਂ ਸਭ ਲੋਕ ਸਮੇਤ ਪੰਡਿਆਂ ਦੇ ਕਰਦੇ ਹਨ ਉਹ ਪੰਡਤਾਂ ਨੂੰ ਗੱਜ-ਵੱਜ ਕੇ ਕਹਿ ਰਹੇ ਹਨ ਕਿ ਜਿਨ੍ਹਾਂ ਲੋਕਾਂ ਦਾ ਗੁਰੂ ਅੰਨਾ ਹੈ ਉਹ ਇਸ ਭੱਖ ਵਸਤੂ మాਸ ਨੂੰ ਤਾਂ ਛੱਡੀ ਫਿਰਦੇ ਹਨ ਪਰ ਪਰਤਨ ਤੇ ਪਰ ਧਨ ਰੂਪੀ ਅਪੱਖ ਖਾਈ ਜਾ ਰਹੇ ਹਨ ਹੁਣ ਕੋਈ ਪੁੱਛੇ ਕਿ ਅੰਤ ਗੁਰੂ ਜਿਨ ਕੇਰਾ ਦਾ ਫਤਵਾ ਮਾਸ ਖਾਣ ਵਾਲਿਆਂ ਉੱਤੇ ਘੱਟਦਾ ਹੈ ਕਿ ਨਾ ਖਾਣ ਵਾਲਿਆਂ ਉੱਤੇ ਇਸ ਤੋਂ ਅੱਗੇ ਜੋ ਬਾਕੀ ਤੋਕਾਂ ਹਨ ਉਹ ਹੁਣ ਮੈਂ ਇੱਕੋ ਵਾਰੀ ਇਕੱਠੀਆਂ ਲਿਖ ਕੇ ਉਹਨਾਂ ਦਾ ਸਮੁੱਚਾ ਭਾਵ ਪਾਠਕਾਂ ਦੇ ਸਾਹਮਣੇ ਰੱਖਦਾ ਹਾਂ ਜੋ ਸਿੱਧੀ ਸੜਕ ਹੈ ਤੇ ਇੱਤੇ ਰਸ ਛੋੜ ਹੋਵੇ ਸੰਨਿਆਸੀ ਦੇ ਡੇਰੇ ਉੱਤੇ ਜਾ ਪਹੁੰਚਦੀ ਹੈ ਮਾਸੋਂ ਨਿੰਮੇ ਮਾਸੋਂ ਜੰਮੇ ਹਮ ਮਾਸੇ ਕੇ ਭਾਂਡੇ ਗਿਆਨ ਧਿਆਨ ਕਛ ਸੂਝੇ ਨਾਹੀ ਚਤਰ ਕਹਾਵੇਂ ਪਾਂਡੇ మాਸ ਪੁਰਾਣੀ మాਸ ਕਤੇਬੀ ਚੌਹ ਜੁਗ ਮਾਸ ਕਮਾਣਾ ਜੱਜ ਕਾਜ ਵਿਆਹ ਸੁਹਾਵੇ ਉਥੇ ਮਾਸ ਸਮਾਣਾ ਇਸਤਰੀ ਪੁਰਖ ਨਿਭਜੇ ਮਾਸੋਂ ਪਾਤ ਸ਼ਹ ਸੁਲਤਾਨਾ ਜੇ ਉਹ ਦッセ ਨਰਕ ਜਾਂਦੇ ਤਾਂ ਉਨਕਾ ਦਾਨ ਨਾ ਲੈਣਾ ਦੇਂਦਾ ਨਰਕ ਸੁਰਗ ਲੈਂਦੇ ਦੇਖੋ ਇਹ ਠਿਆਣਾ ਆਪ ਨਾ 부ਝੇ ਲੋਕ 부ਝਾਏ ਪਾਂਡੇ ਖਰਾ ਸਿਆਣਾ ਪੰਨਾ 1290 ਪਾਂਡੇ ਤੂੰ ਜਾਣੇ ਹੀ ਨਹੀਂ ਕਿੱਥੋਂ మాਸ ਉਪੰਨਾ ਤੋਇਓ ਅੰਨ ਕਮਾਦ ਕਪਾਂਹਾ ਤੋਇਓ ਤੇਰ ਭਵਨ ਗੰਨਾ ਤੋਵਾ ਆਖੇ ਹਉ ਵਿਦ ਹੱਛਾ ਤੋਏ ਬਹੁਤ ਬਿਕਾਰਾ ਏਤੇ ਰਸ ਛੋੜ ਹੋਵੈ ਸੰਨਿਆਸੀ ਨਾਨਕ ਕਹੈ ਵਿਚਾਰਾ ਪੰਨਾ 1290 ਗੁਰੂ ਜੀ ਆਪ మాਸ ਖਾਣ ਦੇ ਹੱਕ ਵਿੱਚ ਹਨ ਪਰ ਇਤਰਾਜ਼ ਕਰਨ ਵਾਲੇ ਪੰਡਤਾਂ ਨੂੰ ਉਹਨਾਂ ਦੇ ਘਰ ਵਿੱਚੋਂ ਹੀ ਪਰਮਾਣ ਲੱਭ ਕੇ ਝੂਠੀਆਂ ਕਰਦੇ ਹਨ ਤੇ ਉਹਨਾਂ ਦੇ ਗ੍ਰੰਥਾਂ ਦਾ ਹਵਾਲਾ ਉਸਟ ਲੱਕੜ ਨਿਆਏ ਅਨੁਸਾਰ ਦੇ ਰਹੇ ਹਨ ਨੋਟ ਭਾਈ ਰਣ ਧੀਰ ਸਿੰਘ ਜੀ ਮੁਰਗੀ ਦਾ ਝਟਕਾ ਕਰਨ ਦੇ ਬਜਲਵੇਂ ਅਕਾਲੀ ਕੌਰ ਸਿੰਘ ਜੀ ਨੂੰ ਤਾਂ ਖੋਨੀ ਖੋਨੀ ਕਹਿ ਕੇ ਦਰਕਾਰਦੇ ਹਨ ਪਰ ਦੂਜੇ ਪਾਸੇ ਇਹੋ ਜਿਹਾ ਹੀ ਖੋਨੀ ਸਿੰਘਾਂ ਦੇ ਘਰੋਂ ਜਿਹੜੀ ਸਾਰੀ ਉਮਰ ਆਪਣੇ ਹੱਥਾਂ ਨਾਲ ਬੱਕਰੇ ਝਟਕਾ ਕੇ ਮਾਸ ਖਾਂਦੇ ਰਹੇ ਤੇ ਹੁਣ ਤੱਕ ਖਾਈ ਜਾਂਦੇ ਹਨ ਤੇ ਉਹ ਮੇਰੇ ਪਾਸ ਜਿਉਂਦੇ ਜਾਗਦੇ ਗਵਾਹ ਮੌਜੂਦ ਹਨ ਸੁੱਕੀ ਰਸਤ ਲੈ ਕੇ ਆਪਣੀ ਹੱਥੀ ਸਰਬ ਲੋਹ ਦੇ ਬਾਟਿਆਂ ਵਿੱਚ ਕੜਾ ਪ੍ਰਸ਼ਾਦ ਤਿਆਰ ਕਰਕੇ ਰਜਵੇਂ ਗੱਫੇ ਲਾਉਂਦੇ ਰਹੇ ਹਨ ਇਹ ਉਸੇ ਤਰ੍ਹਾਂ ਦੀ ਪਖੰਡ ਕਿਰਿਆ ਹੈ ਜਿਸ ਤਰ੍ਹਾਂ ਬ੍ਰਾਹਮਣ ਦੀ ਸੀ ਜਿਹੜਾ ਕਿ ਮਾਸਾहारी ਰਾਜਿਆਂ ਪਾਸੋਂ ਦਾਨ ਲੈ ਕੇ ਖਾਂਦਾ ਵੀ ਤੇ ਨਾਲੇ ਉਹਨਾਂ ਨੂੰ ਨਰਕਾਂ ਦਾ ਅਧਿਕਾਰੀ ਮੰਨਦਾ ਸੀ ਅੰਜਾ ਤੇ ਪੰਡਿਆ ਨੇ ਮਹਾਰਾਜ ਦੇ ਇਸ ਪ੍ਰਤੱਖ ਮਿਰਗ ਦੇ ਮਾਸ ਰਿੰਨਣ ਤੇ ਸ਼ੰਕਾ ਕੀਤੀ ਤਾਂ ਉਹਨਾਂ ਨੇ ਪੰਡਤਾਂ ਨੂੰ ਕਿਹਾ ਕਿ ਤੁਹਾਡੇ ਵੇਦਾਂ ਤੇ ਪੁਰਾਣਾ ਵਿੱਚ ਜਾਨਵਰਾਂ ਦੇ ਮਾਸ ਖਾਣ ਦਾ ਵਿਧਾਨ ਹੈ ਇਸ ਮਾਸ ਖਾਣ ਦੀ ਮਰਜ਼ਾਦਾ ਚੌਹਾਂ ਯੁੱਗਾਂ ਤੋਂ ਚੱਲੀ ਆ ਰਹੀ ਹੈ ਜੱਗਾਂ ਵਿਆਹਾਂ ਤੇ ਹੋਰ ਧਾਰਮਿਕ ਕਾਰਜਾਂ ਜੰਨੂ ਸੰਸਕਾਰ ਆਦਿਕ ਵਿੱਚ ਮਾਸ ਦਾ ਵਰਤਣਾ ਉਹਨਾਂ ਸਮਿਆਂ ਨੂੰ ਸੋਨਾ ਬਣਾ ਦਿੰਦਾ ਹੈ ਨੋਟ ਇਸ ਤੋਂ ਸਾਬਤ ਹੁੰਦਾ ਹੈ ਕਿ ਗੁਰੂ ਜੀ ਨੂੰ ਜੱਗਾਂ ਅਤੇ ਕਾਜਾਂ ਵਿੱਚ మాਸ ਦਾ ਵਰਤਿਆ ਜਾਣਾ ਬੜਾ ਸੋਹਣਾ ਲੱਗਦਾ ਸੀ ਜੇ ਸਤਿਗੁਰੂ ਭਾਈ ਰਣਧੀਰ ਸਿੰਘ ਵਾਂਗ మాਸ ਨੂੰ ਅਪਵਿੱਤਰ, ਭ੍ਰਿਸ਼ਟ, ਮਲੇਸ਼ਾਂ ਤੇ ਰਾਖਸ਼ਾਂ ਦਾ ਖਾਣਾ ਸਮਝਦੇ ਹੁੰਦੇ ਤਾਂ ਉਹਨਾਂ ਨੇ ਜੱਜ, ਕਾਜ, ਵਿਆਹ ਸੁਹਾਵੇ ਵਾਲੀ ਉਪਮਾ మాਸ ਨੂੰ ਨਹੀਂ ਸੀ ਦੇਣੀ ਭ੍ਰਿਸ਼ਟ ਚੀਜ਼ ਨੂੰ ਕੋਈ ਸੋਹਣੀ ਨਹੀਂ ਆਖ ਸਕਦਾ ਜਿਸ ਤਰ੍ਹਾਂ ਕਦੇ ਕੋਈ ਵਿਸ਼ਟੇ ਵਰਗੀ ਕੁਦਰਤੀ ਅਭੱਖ ਵਸਤੀ ਨੂੰ ਟੱਟੀ ਵਿੱਚ ਪਈ ਵੇਖ ਕੇ ਇਹ ਨਹੀਂ ਆਖ ਸਕਦਾ ਕਿ ਵੇਖੋ ਟੱਟੀ ਵਿੱਚ ਪਿਆ ਬਿਸ਼ਟਾ ਕਿੰਨਾ ਸੋਹਣਾ ਲੱਗਦਾ ਹੈ ਭਾਈ ਜੀ ਦੇ ਕਥਨ ਅਨੁਸਾਰ ਜੇ ਉਹਨਾਂ ਨੂੰ ਮਾਸ ਖਾਣ ਦੀ ਫਿਟਕ ਨਹੀਂ ਸੀ ਭਾਈ ਤਾਂ ਜਿਵੇਂ ਕੋਈ ਅਪੱਖ ਭ੍ਰਿਸ਼ਟ ਵੇਸ਼ਟੇ ਨੂੰ ਹੱਥ ਨਹੀਂ ਲਾਉਂਦਾ ਉਸ ਨੂੰ ਦੇਖਦੇ ਸਾਰ ਨੱਕ ਵੱਟ ਲੈਂਦਾ ਹੈ ਨਾਸਾਂ ਅੱਗੇ ਪੱਲਾ ਲੈ ਲਿੰਦਾ ਹੈ ਇਸੇ ਤਰ੍ਹਾਂ ਮਹਾਰਾਜ ਨੂੰ ਜਾਈਦਾ ਸੀ ਕਿ ਉਹ ਉਸ ਹਰਨ ਦੇ ਮਾਸ ਨੂੰ ਭ੍ਰਿਸ਼ਟ ਸਮਝ ਕੇ ਐਸੀ ਗਲਤੀ ਕਰਨ ਵਾਲੇ ਪੁਰਸ਼ ਦੇ ਗਲ ਪੈ ਜਾਂਦੇ ਐਸੇ ਗੰਦ ਵਿੱਚ ਆਪ ਹੱਥ ਨਾ ਮਾਰਦੇ ਅਤੇ ਚੁੱਲ੍ਹੇ ਉੱਤੇ ਧਰ ਕੇ ਉਸ ਦਾ ਗੰਦਾ ਮੁਸ਼ਕ ਮੇਲੇ ਵਿੱਚ ਨਾ ਖਿਲਾਰਦੇ ਜਿਹੜੇ ਪੰਡੇ ਇਸ ਨੂੰ ਭ੍ਰਿਸ਼ਟ ਸਮਝਦੇ ਸਨ ਉਹਨਾਂ ਤਾਂ ਜਿਸ ਵੇਲੇ మాਸ ਦਾ ਧਰਿਆ ਜਾਣਾ ਸੁਣਿਆ ਉਸੇ ਵੇਲੇ ਡਾਂਗਾਂ ਚੁੱਕ ਲਈਆਂ ਤੇ ਇਸ ਭ੍ਰਿਸ਼ਟਾਚਾਰ ਦੇ ਜ਼ਿੰਮੇਵਾਰ ਨੂੰ ਆਣ ਕੇ ਰਿਆ ਹੋਰ ਸਾਰੇ ਇਸਤਰੀਆ ਪੁਰਖ ਰਾਜੇ ਤੇ ਬਾਦਸ਼ਾ ਮਾਸ ਤੋਂ ਹੀ ਪੈਦਾ ਹੋਏ ਹਨ ਮਾਸ ਖਾ ਖਾ ਕੇ ਹੀ ਮੋਟੇ ਹੋਏ ਹਨ ਪਰ ਤੁਸੀਂ ਉਹਨਾਂ ਕੋਲੋਂ ਰੋਜ਼ ਦਾਣ ਲੈ ਕੇ ਖਾਂਦੇ ਹੋ ਇਸ ਲਈ ਜੇ ਉਹ ਮਾਸ ਖਾਣ ਕਰਕੇ ਨਰਕਾਂ ਦੇ ਅਧਿਕਾਰੀ ਹਨ ਤਾਂ ਤੁਸੀਂ ਉਹਨਾਂ ਪਾਸੋਂ ਦਾਣ ਲੈਣ ਵਾਲੇ ਕਿਵੇਂ ਸੁਰਗਾਂ ਵਿੱਚ ਜਾਓਗੇ ਇਹ ਤਾਂ ਬੜੀ ਧੱਕੇਸ਼ਾਈ ਅਤੇ ਅਨਿਆਹ ਹੈ ਕਿ ਇਹਨਾਂ ਮਾਸ ਖਾਣ ਵਾਲੇ ਪਾਪੀ ਰਾਜਿਆਂ ਦਾ ਧਾਨ ਖਾਣ ਵਾਲੇ ਤਾਂ ਸੁਰਗਾਂ ਨੂੰ ਜਾਣ ਤੇ দান ਦੇਣ ਵੇਲੇ ਨਰਕਾਂ ਨੂੰ ਪੰਡਤਾਂ ਨੂੰ ਤਾਂ ਆਪ ਇਸ ਗੱਲ ਦੀ ਸਮਝ ਨਹੀਂ ਆਈ ਪਰ ਉਹਨਾਂ ਨੂੰ ਸਮਝਾਉਣ ਲਈ ਸਿਆਣਾ ਬਣਿਆ ਬੈਠਾ ਹੈ ਇਸ ਸਾਰੀ ਲੜੀ ਨੂੰ ਜੋੜ ਕੇ ਅਰਥ ਕਰਨ ਨਾਲ ਕਿਤੇ ਸੂਈ ਦਾ ਸੰਚਾਰ ਨਹੀਂ ਰਹਿ ਜਾਂਦਾ ਕਿ ਇਸ ਦੇ ਭਾਵ ਨੂੰ ਇੱਧਰ ਉੱਧਰ ਦੀਆਂ ਚਾਲਾਂ ਚੱਲ ਕੇ ਲਾਂਭੇ ਲੈ ਜਾਇਆ ਜਾਵੇ ਇੱਥੇ ਉਸ మాਸ ਦਾ ਵਰਣਨ ਹੈ ਜਿਹੜਾ ਦੇਗ ਵਿੱਚ ਰਿਜ ਰਿਹਾ ਜਿਸ ਦਾ ਖਾਣਾ ਵੇਦਾਂ ਅਤੇ ਕਤੇਬਾਂ ਵਿੱਚ ਲਿਖਿਆ ਹੋਇਆ ਹੈ ਜੇ ਸੁਣੋ ਹਿੰਦੂ ਮੁਸਲਮਾਨ ਤੇ ਈਸਾਈ ਆਦਿਕ ਸਭ ਕੌਮਾਂ ਖਾ ਰਹੀਆਂ ਜਿਸ ਮਾਸ ਨਾਲ ਜਗ ਕੀਤੇ ਜਾਂਦੇ ਹਨ ਵਿਆਹਾਂ ਵਾਂ ਸ਼ਾਦੀਆਂ ਤੇ ਧਾਰਮਿਕ ਸੰਸਕਾਰਾਂ ਵੇਲੇ ਖਾਧਾ ਜਾਂਦਾ ਹੈ ਜਿਸ ਨੂੰ ਸਾਰੇ ਰਾਜੇ ਮਹਾਰਾਜੇ ਪਾਸ਼ਾ ਖਾਂਦੇ ਹਨ ਜਿਸ ਨੂੰ ਅੱਜ ਤੱਕ ਸਾਰੇ ਹਿੰਦੂ ਬ੍ਰਾਹਮਣ ਤੇ क्षत्रੀ ਖਾਂਦੇ ਚਲੇ ਆ ਰਹੇ ਹਨ ਜਿਹੜਾ ਮਾਸ ਦੇਵੀ ਦੇਵਤਿਆਂ ਤੇ ਪਿਤਰਾਂ ਦਾ ਵੀ ਖਾਣਾ ਹੈ ਸੋ ਇਸ ਬੈਸ ਵਿੱਚ ਇਸੇ మాਸ ਨੂੰ ਖਾਣਾ ਸਿੱਧ ਕਰਨ ਦਾ ਅਨਜਤਨ ਹੈ ਭਾਈ ਰਣਧੀਰ ਸਿੰਘ ਇਸ ਲੜੀਵਾਰ ਪ੍ਰਸੰਗ ਵਿੱਚੋਂ ਇੱਕ ਇੱਕ ਟੋਕ ਨੂੰ ਨਖੇੜ ਨਖੇੜ ਕੇ ਮਨੋ ਕਲਪਤ ਅਰਥ ਕਢੀ ਜਾਂਦੇ ਹਨ ਮੈਂ ਤਾਂ ਸਮਝਦਾ ਹਾਂ ਕਿ ਜੇ ਸਤਗੁਰੂ ਜੀ ਇਸ ਤਰ੍ਹਾਂ ਸਿੱਧੀ ਤੌਰ ਤੇ ਵੀ ਲਿਖ ਜਾਂਦੇ ਕਿ ਸਿੱਖਾਂ ਨੂੰ మాਸ ਖਾਣਾ ਚਾਹੀਦਾ ਹੈ ਤਾਂ ਇਸ ਅਸੂਲ ਉੱਤੇ ਚੱਲ ਕੇ ਭਾਈ ਰਣਧੀਰ ਸਿੰਘ ਇਹਨਾਂ ਪਦਾਂ ਨੂੰ ਵੱਖਰਾ ਵੱਖਰਾ ਕਰਕੇ ਅਰਥ ਕਰਦੇ ਵੇਖੋ ਖਾਲਸਾ ਜੀ मांस शब्द ਤੋਂ ਖਾਣਾ ਸਿੱਧ ਨਹੀਂ ਹੁੰਦਾ ਖਾਣਾ ਸ਼ਬਦ ਵਿੱਚ ਮਾਸ ਦਾ ਨਾਮ ਨਹੀਂ ਨਾ ਆਪ ਇਹਨਾਂ ਪਦਾਂ ਨੂੰ ਇਕੱਠਾ ਪੜਦੇ ਤੇ ਨਾ ਮਾਸ ਖਾਣਾ ਸਿੱਧ ਹੋਣ ਦਿੰਦੇ ਬਿਲਕੁਲ ਇਹੋ ਜਿਹੀ ਅਤੰਕਵਾਦੀ ਭਾਈ ਸਾਹਿਬ ਨੇ ਇਸ ਸਾਰੇ ਸਪਸ਼ਟ ਸ਼ਬਦ ਦੀ ਟੋਕ ਟੋਕ ਨਖੇੜ ਕੇ ਵਰਤੀ ਹੈ ਤੇ ਕਿਹਾ ਹੈ ਕਿ ਕਿਤੇ ਸਪਸ਼ਟ ਹੁਕਮ ਨਹੀਂ ਮਿਲਦਾ ਇਸ ਤਰ੍ਹਾਂ ਦੇ ਵਤੀਰੇ ਨੂੰ ਕੀ ਕਿਹਾ ਜਾਵੇ ਅਖੀਰ ਦੋਹਾਂ ਤੁਕਾਂ ਦਾ ਭਾਵ ਮਾਸ त्यागी ਪੰਡਤਾਂ ਨੂੰ ਉੱਕਾ ਹੀ ਹਿੱਲਣ ਜੋਗਾ ਨਹੀਂ ਛੱਡਦਾ ਇੱਥੇ ਆ ਪੰਡਤ ਜੀ ਨੂੰ ਸੰਬੋਧਨ ਕਰਦੇ ਹਨ ਕਿਹੇ ਪੰਡਤ ਤੈਨੂੰ ਇਸ ਗੱਲ ਦੀ ਉੱਕੀ ਹੀ ਸਮਝ ਨਹੀਂ ਪਈ ਕਿ ਮਾਸ ਦੀ ਉਤਪਤੀ ਕਿੱਥੋਂ ਹੋਈ ਲੈ ਤੈਨੂੰ ਅਸੀਂ ਦੱਸਦੇ ਹਾਂ ਤੋਇਓ ਪਾਣੀ ਤੋਂ ਅੰਨ ਕਮਾਦ ਤੇ ਕਪਾ ਆਦਕ ਸਾਰੀ ਬਨਸਪਤੀ ਪੈਦਾ ਹੋਈ ਹੈ ਤਿੰਨਾ ਭਵਨਾਂ ਵਾਲਾ ਬਹਿਮੰਡ ਵੀ ਪਾਣੀ ਤੋਂ ਪੈਦਾ ਹੋਇਆ ਹੈ ਅਤੇ ਇਹ ਆਕਾਸ਼ ਤੇ ਮਾਸ ਆਦਿਕ ਬਹੁਤ ਵਿਕਾਰਾ ਅਦਲਾ ਬਦਲੀਆਂ ਪਾਣੀ ਤੋਂ ਹੀ ਹੋਈਆਂ ਸਾਰੇ ਰਸਾਂ ਕਸਾਂ ਅਰ ਜ਼ਿੰਦਗੀ ਦਾ ਆਧਾਰ ਪਾਣੀ ਹੈ ਇਸ ਲਈ ਜਦ ਕਦ ਤੂੰ ਇਸ ਪਾਣੀ ਅਰ ਪਾਣੀ ਤੋਂ ਪੈਦਾ ਹੋਣ ਵਾਲੀਆਂ ਸਾਰੀਆਂ ਵਸਤੂਆਂ ਨੂੰ ਨਹੀਂ ਛੱਡਦਾ ਉਤਨਾ ਚਿਰ ਸੰਿਆਸੀ ਮਾਸ त्यागी ਹੋਣ ਦਾ ਦਾਵਾ ਨਹੀਂ ਕਰ ਸਕਦਾ ਪਰ ਇਹਨਾਂ ਚੀਜ਼ਾਂ ਨੂੰ ਛੱਡ ਕੋਈ ਨਹੀਂ ਸਕਦਾ ਜੇ ਛੱਡੇ ਤਾਂ ਜਿਉਂਦਾ ਨਹੀਂ ਰਹਿ ਸਕਦਾ ਇਸ ਲਈ ਨਾ ਕੋਈ ਇਹਨਾਂ ਨੂੰ ਛੱਡ ਸਕੇ ਤੇ ਨਾ ਆਪਣੇ ਆਪ ਨੂੰ ਸੰਨਿਆਸੀ ਸਾਖਤ ਕਰ ਸਕੇ ਸੋ ਪੰਡਤਾਂ ਆਪਣੇ ਆਪ ਨੂੰ ਸਿਆਸੀ ਸਾਖਤ ਨਾ ਕਰ ਸਕੇ ਪਰ ਭਾਈ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਸੰਨਿਆਸੀ ਸਾਖਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ ਪਰ ਉਹ ਇਹ ਨਹੀਂ ਸਮਝ ਸਕੇ ਕਿ ਆਪ ਗੁਰਾਂ ਦੇ ਮਤ ਦੇ ਉਲਟ ਚੱਲ ਕੇ ਗੁਰੂ ਨਾਨਕ ਸਾਹਿਬ ਦੇ ਕਥਨਾਂ ਨੂੰ ਕੱਟਣ ਦੀ ਮਨਮਤ ਕਰ ਰਹੇ ਹਨ ਈਮ ਜਬ ਭਾਖਿਓ ਸ੍ਰੀ ਗੁਰ ਐਨਾ ਤੂਸ਼ਨ ਪੇ ਪੁਨ ਆਏ ਨਾ ਬੈਨਾ ਗੁਰੂ ਜੀ ਦੀਆਂ ਇਹਨਾਂ ਅਮੋਕ ਜੁਗਤੀਆਂ ਨੂੰ ਸੁਣ ਕੇ ਪੰਡਤ ਬਿਲਕੁਲ ਨਿਰੁੱਤਰ ਹੋ ਜਾਂਦੇ ਹਨ ਤੇ ਫਿਰ ਤੱਲੇ ਮਿੰਤਾ ਤੇ ਆ ਜਾਂਦੇ ਹਨ ਅਤੇ ਵੱਡਿਆਂ ਦੀ ਮਰਜ਼ਾਦਾ ਦਾ ਵਾਸਤਾ ਪਾ ਕੇ ਇਉਂ ਉਚਰਦੇ ਹਨ ਜੋ ਜਗ ਵੱਡੇ ਅਚਾਰਜ ਹੋਵੇ ਸੋ ਬੜਿਆਂ ਦੀ ਰੀਤ ਨਾ ਖੋਵੇ ਪੁਰਬ ਦਿਸਵ ਮੈਂ ਮਾਸ ਆਹਾਰਾ ਖਾਨੁਰ ਪਾਨ ਨ ਕਿਸੇ ਉਚਾਰਾ ਜਾਤੇ ਹਮ ਤੁਮ ਕੋ ਕੁਛ ਭਾਕਾ ਛਿਮਾ ਕਰੋ ਅਬ ਹਮ ਤੇ ਲਾਕਾ ਸੁਨ ਕਰ ਬੋਲੇ ਗੁਣੀ ਗਹੀਰਾ ਹਮ ਤੋ ਧਰਿਓ ਦੇਖ ਮੈਂ ਖੀਰਾ ਇਥੇ ਆ ਕੇ ਮਾਸ ਤੋਂ ਖੀਰ ਕਿਉਂ ਬਣ ਗਈ ਇਸ ਦਾ ਉੱਤਰ ਸੁਣ ਗੁਰੂ ਜੀ ਦੀ ਅਸੂਲਨ ਫਤਿ ਹੋ ਚੁੱਕੀ ਸੀ ਮਾਸ ਖਾਣ ਦਾ ਖੰਡਨ ਕਰਨ ਲਈ ਪੰਡਿਆਂ ਨੂੰ ਉਸ ਵੇਲੇ ਕੋਈ ਯੁਗਤੀ ਨਹੀਂ ਫਰੀ ਪਰ ਪੁਰਾਣੇ ਸੰਸਕਾਰਾਂ ਦੀ ਪੱਕਿਆਈ ਦੇ ਕਾਰਨ ਉਨ੍ਹਾਂ ਦੇ ਅੰਦਰੋਂ ਮਾਸ ਵਿਰੁੱਧ ਭਾਵ ਇੱਕਦਮ ਖਤਮ ਹੋਣੇ ਔਖੀ ਗੱਲ ਸੀ। ਉਨ੍ਹਾਂ ਦੇ ਤਰਲੇ-ਮਿੰਤਾ ਸੁਣ ਕੇ ਗੁਰੂ ਜੀ ਉਨ੍ਹਾਂ ਦੀ ਹਾਲਤ ਉਤੇ ਤਰਸ ਆ ਗਿਆ। ਸੋ ਉਨ੍ਹਾਂ ਦੇ ਜਜ਼ਬਾਤਾਂ ਨੂੰ ਮੁੱਖ ਰੱਖ ਕੇ ਇਹ ਕੌਤਕ ਵਰਤਾਇਆ ਜਾਂਦਾ ਹੈ। ਮੋਹਾਂ-ਹੋਆਂ ਨੂੰ ਹੋਰ ਮਾਰਨਾ ਗੁਰੂ ਜੀ ਨੇ ਠੀਕ ਨਾ ਸਮਝਿਆ। ਸਿਰਫ ਲੱਤ-ਹੀਟੀ ਲੰਗਾ ਕੇ ਮੁਆਫੀ ਦੇ ਦਿੱਤੀ। ਇਸ ਤਰ੍ਹਾਂ ਕਈ ਰਾਜੇ ਦੁਸ਼ਮਣ ਤੋਂ ਜਿੱਤ ਪ੍ਰਾਪਤ ਕਰਕੇ ਜਿੱਤਿਆ ਹੋਇਆ ਮੁਲਕ ਖੋਲ ਦੁਲੀ ਨਾਲ ਫਿਰ ਵਾਪਸ ਕਰ ਦਿੰਦੇ ਹਾਂ ਮਾਸ ਦੀ ਖੀਰ ਬਣ ਜਾਣ ਦਾ ਇੱਕ ਦ੍ਰਿਸ਼ਟਾਂਤਮਾਤਕ ਅਰਥ ਵੀ ਹੈ ਉਹ ਇਹ ਕਿ ਜਦ ਪੰਡਤਾਂ ਦਾ ਇਤਰਾਜ਼ ਮਾਸ ਦੂਰ ਹੋ ਗਿਆ ਤਾਂ ਉਹ ਉਹਨਾਂ ਲਈ ਖੀਰ ਸਮਾਨ ਛਕਣ ਯੋਗ ਹੋ ਗਿਆ ਗਿਆਨੀ ਦਿੱਤ ਸਿੰਘ ਜੀ ਨਾਨਕ ਪ੍ਰਕਾਸ਼ ਦੀ ਉਪਰੋਕਤ ਲਿਖਤ ਤੋਂ ਕੋਈ ਬਹੁਤ ਸਮਾਂ ਪਿੱਛੋਂ ਨਹੀਂ ਹੋਏ ਉਹਨਾਂ ਆਪਣੀ ਲਿਖਤ ਨਾਨਕ ਪਰਬੋਧ ਨਾਮ ਦੀ ਪੁਸਤਕ ਵਿੱਚ ਮਾਸ ਨੂੰ ਖੀਰ ਬਣਨਾ ਨਹੀਂ ਲਿਖਿਆ ਸੋ ਗੂੰ ਸਬਦ ਦਾ ਰਲ ਕੇ ਮਾਸ ਖਾਣਾ ਹੀ ਲਿਖਿਆ ਹੈ ਹੋਰ ਮਾਸ ਦੀ ਖੀਰ ਬਣ ਜਾਣ ਦਾ ਇਹ ਮਤਲਬ ਵੀ ਨਹੀਂ ਕਿ ਗੁਰੂ ਜੀ ਨੇ ਆਪਣਾ ਮਾਸ ਖਾਣ ਦਾ ਸਿਧਾਂਤ ਬਦਲ ਲਿਆ ਸੀ ਗੁਰੂ ਜੀ ਦਾ ਇਸੇ ਹੀ ਇਤਿਹਾਸ ਨਾਨਕ ਪ੍ਰਕਾਸ਼ ਵਿੱਚ ਪ੍ਰਤੱਖ ਮਾਸ ਖਾਣ ਦਾ ਸਬੂਤ ਵੀ ਮੌਜੂਦ ਹੈ ਜਿੱਥੇ ਉਹਨਾਂ ਦਾ ਮਾਸ ਖਾਣਾ ਸਿੱਧ ਹੈ ਉਥੇ ਮਾਸ ਦੀ ਖੀਰ ਨਹੀਂ ਬਣੀ ਵੇਖੋ ਇਸੇ ਪੁਸਤਕ ਦੀਆਂ ਇਤਿਹਾਸਕ ਸਾਖੀਆਂ ਸਿੱਖ ਇਤਿਹਾਸ ਤੇ ਮਾਸ ਵਾਲਾ ਚੈਪਟਰ ਵਿੱਚੋਂ ਸਾਖੀ ਨੰਬਰ 2 ਉਹਜੈਨ ਦਾ ਹਰਗੋਪਾਲ ਨਾਮ ਦਾ ਬਾਣੀਆਂ ਸਿੱਖ ਬਿਸੰਬਰ ਦਾਸ ਦਾ ਪੁੱਤਰ ਦਸ਼ਮੇਸ਼ ਜੀ ਦੇ ਦਰਸ਼ਨ ਕਰਨ ਵਾਸਤੇ ਆਨੰਦਪੁਰ ਸਾਹਿਬ ਆਇਆ ਸੀ ਜਦ ਗੁਰੂ ਜੀ ਦੇ ਲੰਗਰ ਵਿੱਚ ਖੁੱਲੇ ਤੌਰ ਤੇ ਮਹਾਂ ਪ੍ਰਸ਼ਾਦ ਦੀ ਦੇਖ ਵਰਤ ਦੀ ਵੇਖੀ ਤਾਂ ਉਸ ਦੇ ਮਨ ਵਿੱਚ ਬਹੁਤ ਗਿਲਾਨੀ ਪੈਦਾ ਹੋਈ ਗੁਰੂ ਜੀ ਨੇ ਵਾਪਸ ਘਰ ਜਾਣ ਵੇਲੇ ਉਸ ਨੂੰ ਕੜਾ ਪ੍ਰਸ਼ਾਦ ਦਿੱਤਾ ਜਦ ਰਾਹ ਵਿੱਚ ਉਸ ਨੇ ਖੋਲ ਕੇ ਵੇਖਿਆ ਤਾਂ మాਸ ਨਜ਼ਰ ਆਇਆ ਪਰ ਜਦੋਂ ਘਰ ਆ ਕੇ ਆਪਣੇ ਪਿਤਾ ਦੇ ਹੱਥ ਪਕੜਾਇਆ ਤਾਂ ਫਿਰ ਕੜਾ ਪ੍ਰਸ਼ਾਦ ਬਣਿਆ ਵੇਖੇ ਇਸ ਤਬਦੀਲੀ ਦਾ ਮਤਲਬ ਇਹ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ మాਸ ਖਾਣ ਦਾ ਸਿਧਾਂਤ ਬਦਲ ਲਿਆ ਸੀ ਜਾਂ ਸ਼ਿਕਾਰ ਖੇਡਣਾ ਬੰਦ ਕਰ ਦਿੱਤਾ ਸੀ ਸੋ ਇਸੇ ਤਰ੍ਹਾਂ ਉਥੇ ਕੁਰ ਖੇਤਰ ਵਿੱਚ ਮਾਸ ਦੀ ਖੀਰ ਬਣ ਜਾਣੀ ਗੁਰੂ ਜੀ ਦਾ ਮਾਸ ਤੇ ਸਿਧਾਂਤ ਤੋਂ ਖਿਸਕਣਾ ਸਾਫਤ ਨਹੀਂ ਕਰਦੀ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਦਾਦੂ ਦੁਆਰੇ ਜਾ ਕੇ ਮਹਾ ਪ੍ਰਸ਼ਾਦ ਨਹੀਂ ਛਕਿਆ। ਸਗੋਂ ਬਾਜਾਂ ਨੂੰ ਵੀ ਬਾਜਰੀ ਹੀ ਖਵਾਈ। ਉੱਥੇ ਗੁਰੂ ਜੀ ਨੇ ਉਹਨਾਂ ਦਾਦੂ ਪੰਥੀ ਸਾਧਾਂ ਦੇ ਡੇਰੇ ਦੀ ਮਰਿਆਦਾ ਭੰਗ ਨਹੀਂ ਕੀਤੀ। ਪਰ ਅੱਗੇ ਪਿੱਛੇ ਸਭ ਇਤਿਹਾਸਾਂ ਵਿੱਚ ਉਹਨਾਂ ਦਾ ਮਹਾ ਪ੍ਰਸ਼ਾਦ ਛਕਣਾ ਤੇ ਸ਼ਿਕਾਰ ਖੇਡਣਾ ਪ੍ਰਗਟ ਹੈ। ਵੇਖੋ ਇਸੇ ਪੋਸਤਕ ਦਾ ਸਿੱਖ ਇਤਿਹਾਸ ਤੇ ਮਾਸ ਵਾਲਾ ਕਾਂਡ ਕਿਤਾਬ ਝਟਕਾ ਪ੍ਰਕਾਸ਼ ਲੇਖਕ ਗਿਆਨੀ ਨਰੰਜਨ ਸਿੰਘ ਸਰਲ ਭਾਗ ਦਸਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ